ਜਿੱਤਾਂ ਦੇ ਸ਼ੰਕੀ ਹੁੰਦੇ ਫਿਰ ਦਿਲਕ ਤੇ ਜਿੱਤਾਂ ਦੇ ਨਾਲ ਕਹਿੰਦੇ ਫਾਈਨਲ ਦੀ ਸ਼ੁਰੂਆਤ ਆਹ ਜੋੜਾ ਮਰਾਰੂ ਵਾਲਾ ਆਓ ਸਾਹਮਣੇ ਕਹਿੰਦੇ ਸਾਹਮਣੇ ਪਹਿਲੀ ਵਾਰ ਸਿਰੇ ਦੀ ਪੈਗੀ ਹੈ ਇੱਧਰ ਨਿੱਕਾ ਪ੍ਰਾਣ ਕਹਿੰਦੇ ਆਸਟ੍ਰੇਲੀਆ ਚੋਂ ਆਇਆ ਯਾਰੀ ਸੁੱਖੀ ਹੋਣਾ ਦੇ ਨਾਲ ਹੈ ਨਾਲ ਕਹਿੰਦੇ ਭਰਾ ਏ ਤੇ ਕਹਿੰਦਾ ਆਪਾਂ ਗੱਲਾਂ ਅਗਲੇ ਸਾਲ ਟਿਕਾਣੇ ਲਾ ਰਹੀ ਹੈ ਇੱਧਰ ਸੁੱਖੀ ਵਾਸੀ ਨਾਲ ਚੱਕੀ ਵੀ ਪਹਿਲੀ ਜਾਂਦੇ ਹੈ ਆਓ ਸਾਹਮਣੇ ਵਾਲ ਉਹ ਜੋੜੇ ਨੇ ਸਿਰੇ ਦੀ ਭਾ ਦਿੱਤੀ ਹੈ ਉਹ ਪਿੱਕੀ ਹੋਣੀ ਹੈ ਪਰਵੀਰ ਹੋਣੀ ਹੈ ਨਾਲ ਸੋਧੀ ਹੋਣੀ ਹੈ ਐਨ ਕਹਿੰਦੇ ਪੱਟੀ ਦੇਣਾ ਇਸ ਵੱਡੇ ਖੇਡ ਮਿਲਣੀ ਸਿਖਰਾਜ ਅੰਬਰ ਫੇਰ ਆ ਗਿਆ ਹੈ ਆਓ ਕਹਿੰਦੇ ਜੋੜੇ ਨੇ ਬਾਤ ਕਰਨੀ ਹੈ ਤੇ ਅੰਬਰ ਆਓ ਅੰਬਰ ਤਿਆਰ ਹੈ ਅੰਬਰਾ ਇਹ ਫਾਈਨਲ ਆ ਆਓ ਸਾਰਾ ਜੋਰ ਲਾਉਣਾ ਪੈਣਾ ਸੁਲੱਖਣ ਆਸਟ੍ਰੇਲੀਆ ਵੀ ਆਇਆ ਹੋਇਆ ਹੈ ਆਓ ਸੁਲੱਖਣ ਕਹਿੰਦੇ ਆਸਟ੍ਰੇਲੀਆ ਬਣਾ ਨਾਲ ਸਾਡੇ ਪਰਮਵੀਰ ਹੋਣੇ ਆਓ ਸੁੱਖੇ ਵਾਸੀ ਹੋਣੇ ਸਾਰੇ ਵੀਰਾਂ ਦਾ ਧੰਨਵਾਦ ਆ ਬਿੱਕੀ ਬਰਾੜ ਵਰਗੇ ਆਓ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਆ ਪਰ ਅੰਦਰ ਕੋਰਤਾ ਹੈ ਅਗਲਾ ਬੱਲੇਬਾਜ ਆਵੇ ਆ ਗਿਆ ਕਹਿੰਦੇ ਆਸ਼ੂ ਕੋਠੇ ਬੁਰਦਾ ਜੱਗੀ ਬੁੱਢਿਆ ਇਹਨੇ ਵੀ ਇੱਕ ਲੰਬੀ ਜੀ ਬਜਤੀ ਨੌਜਵਾਨ ਉਹ ਸੁੱਖੀ ਵਾਸੀ ਵੀ ਰਹਿਣਾ ਇਹਦਾ ਗਲਾ ਟਕਾਰੇ ਲੱਗੀ ਹੋਈ ਹੈ ਆਸ਼ੂ ਆ ਗਿਆ ਇਹ ਥੱਲੇ ਰੱਖਦਾ ਸੁਕੌਲਾ ਚਿੱਟੇ ਰੰਗ ਦੀ ਭੇਤੀ ਆ ਕੋਨੇ ਕੋਨੇ ਦਾ ਆਓ ਕਾਸ ਕੋਜ ਕੱਢਦਾ ਏ ਚੱਪ ਮਿੱਤਰੇ ਇਹ ਆਸ਼ੂ ਆ ਕੋਠੇ ਕੋਨੇ ਦਾ ਇਹ ਕਾਸ ਕੋਜ ਸ਼ੇਅਰ ਕਰ ਦੋ ਵੀਰੇ ਤਗੜਾ ਮੈਚ ਸੁਖੀ ਬਈ ਇਹਨੇ ਫਾਈਨਲ ਮੈਚ ਫਾਈਨਲ ਮੈਚ ਜਿੱਤੀ ਹੈ ਉੱਥੇ ਹੀ ਪੇਟੀ ਦਾ ਜਿੱਤਿਆ ਟੱਕਰਾ ਜੇ ਕਬੂਤਰ ਹੈ ਜਿੱਤਿਆ ਕੁੱਲ ਚਾਰ ਜਿੱਤੇ ਹੋਏ ਆ ਤੇ ਨਾਰ ਕਾਸਕੋ ਦਾ ਗਲੈਡੀਏਟਰ ਖੜਾ ਸੋਸਨ ਅੰਦਰ ਤੇ ਬਾਲ ਜੋੜੇ ਵੀ ਸੁਖਰਾਜ ਕਰ ਗੱਲ ਹਾਂ ਮੈਚ ਕਹਿੰਦੇ ਸਿਰੇ ਦਾ ਜਿਹੜਾ ਮੁੰਡਾ ਕਹਿੰਦੇ ਵਿਕਟਾਂ ਕੋਲੇ ਹੱਥ ਥੱਲੇ ਘਸਾ ਰਿਹਾ ਇਹ ਜਿਹੜੇ ਲੁਧਿਆਣੇ ਨੂੰ ਬਿਲੋਂਗ ਕਰਦਾ ਇਹ ਜਿਹੜਾ ਲੁਧਿਆਣਾ ਮੁੰਡਾ ਕੋਠੇ ਤੋਂ ਨੇ ਪਿੰਡ ਦਾ ਖੇਡ ਸਿਰੇ ਵੀ ਆ ਖੇਡੇ ਉਹ ਪੱਕਾ ਯਾਰੇ ਖੇਡਦਾ ਆਖਿਰ ਰੋਡਿਆਂ ਦਾ ਸੁਫਰਾਜ ਕੱਢ ਦਿੱਤੇ ਗੱਭਰੂ ਨੇ ਕਾਸਕੋ ਦੇ ਵੱਟ ਨੇ ਆਸ਼ੂ ਆਸ਼ੂ ਹੋਣ ਲਾ ਦੀ ਚੱਕੀ ਉੱਤੇ ਚੱਕ ਨੇ ਆਸ਼ੂ 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 ਹੋਣੀ ਤੇਰੀ ਅੱਜ ਚੱਟ ਨੇ ਓ ਸਾਹਮਣੇ ਵੱਡਾ ਕਹਿੰਦੇ ਕਮਾਲ ਕਰ ਗਿਆ ਉਧਰ ਸਿੱਪੀ ਕਹਿੰਦੇ ਸਿਹਰੇ ਪਿੰਡ ਵਾਲਾ ਵੱਡਾ ਪਟਿਆਲੇ ਦੇ ਵਿੱਚ ਲਾਈਵ ਜੁੜਿਆ ਮਾਰਚ ਮਹੀਨੇ ਚ ਇੱਕ ਵੱਡਾ ਕੱਪ ਹੋਣਾ ਜਿੱਥੇ ਮਰਾਰੂ ਵਾਲੇ ਜੋੜੇ ਦਾ 2100 ਦੇ ਨਾਲ ਸਨਮਾਨ ਕੀਤਾ ਜਾਵੇਗਾ ਐਨ ਗੱਲਾਂ ਹੋ ਗਈਆਂ ਰਵੀ ਰਿੰਕੂ ਬੰਦ ਹੋ ਗਏ ਆ ਅੱਧੇ ਬਖਸ਼ੇ ਅੱਧੇ ਰਹਿ ਗਏ ਆ ਜੇ ਹੁਣੇ ਵਿਕਟ ਕੱਢਦਾ ਨਿੱਕਾ ਆਸਟ੍ਰੇਲੀਆ ਕਹਿੰਦਾ ਆਪਾਂ 1100 ਦੇ ਦਿਆਂਗੇ ਲਓ ਬਾਲ ਪੈ ਗਈ ਉਹ ਸਾਹਮਣੇ ਮਰਾੜੂ ਵਾਲਾ ਦੁਨੀਆ ਦਾ ਰੁਸਤਮ ਖਿਡਾਰੀ ਹੈ ਸੁਖਰਾਜ ਆਹ ਮਰਾੜੂ ਵਾਲਾ ਵੀ ਨਖਰੇ ਜੇ ਕਰਦਾ ਹੈ ਆਹ ਮਰਾੜੂ ਵਾਲਾ ਵੀ ਕਹਿੰਦੇ ਚੋਰ ਕਰਦਾ ਉਧਰ ਪਹਿਲਾਂ ਉਧਰ ਬਰਾੜਾ ਦਾ ਮੁੰਡਾ ਵੀ ਹਲੇ ਵੀ ਸਟਾਪ ਕਰੀ ਜਾਂਦਾ ਹੈ ਆਹ ਜਦੋਂ ਸਾਰੇ ਬਾਲ ਖੋਲਦੇ ਪਤਾ ਫੇਰ ਲੱਗਣਾ ਆਹ ਸਾਹਮਣੇ ਮਰਾੜੂ ਵਾਲੇ ਦੀ ਬਾਲ ਆਸ਼ੂ ਕਹਿੰਦਾ ਇੱਧਰ ਹੀ ਖੜ ਜਾ ਤਲਵਿੰਦਰ ਆਸ਼ੂ ਕਹਿੰਦਾ ਇੱਧਰਲੇ ਪਾਸੇ ਹੀ ਖੜ ਜਾ ਆਓ ਕਹਿੰਦੇ ਮੈਚ ਫਾਈਨਲ ਹੈ ਟੱਕਰ ਸਿਰੇ ਦੀ ਹੈ ਓਵਰ ਸਮਾਪਤ ਹੈ ਲੇਖਾ ਜੋਖਾ ਰੋਪਾ ਹੇੜੀ ਪਿੰਡ ਵਾਲਾ ਲੈਵਲ ਭਰਾ ਦੱਸੇਗਾ ਉਹ ਸਾਰਿਆਂ ਨੇ ਉਂਗਲਾਂ ਖੜੀਆਂ ਕਰਦੀਆਂ ਵੀ ਰੱਬ ਦੇ ਇੱਕ ਹੈ ਬਾਈ ਤਾਰੀ ਦਾ ਵਰਦੀ ਜੋੜੇ ਦੇ ਰਾਦੇ ਬਾਈ ਸ਼ੇਰ ਬਣਦਾ ਜੋੜੇ ਦੇ ਰਾਦੇ ਸ਼ੇਅਰ ਕਰ ਦੋ ਵੀਰੇ ਅੱਜ ਦੇ ਦਿਨ ਦਾ ਬੈਸਟ ਮੈਚ ਆ ਉਹ ਵੀ ਫਾਈਨਲ ਮੈਚ ਚੱਕ ਦੋ ਵੱਡੇ ਸ਼ੇਅਰ ਕਰੀ ਚੱਲੋ ਵੀਰੇ ਵੀਰੋ ਸੱਚੀ ਹੈ ਪਰ ਸਾਹਮਣੇ ਮੁੰਡਾ ਕੋਠੇ ਪੋਨੇ ਪਿੰਡ ਵਾਲਾ ਉਹ ਕੱਕੂ ਆ ਗਿਆ ਕਹਿੰਦੇ ਪੱਟੇ ਘਰ ਦੀ ਧਰਤੀ ਦਾ ਪਰ ਪੌਂਦਲੀ ਇਹਨਾਂ ਪੱਟੇ ਘਰ ਦਾ ਟੀਮਾਂ ਚੋਟੀ ਵੀ ਹੈ ਨਾ ਸਾਹਮਣੇ ਬਾਲ ਕਹਿੰਦੇ ਫੇਰ ਪੈ ਗਈ ਹੈ ਨਾ ਸਾਹਮਣੇ ਖੇਡਾ ਸ਼ਾਟ ਪਰ ਕੋਠੇ ਪੋਨੇ ਵਾਲਾ ਇਹਨੂੰ ਫਿੱਟ ਨਹੀਂ ਜਾਪਦਾ ਇਹਨੂੰ ਫਿੱਟ ਨਹੀਂ ਜਾਪਦਾ ਕਿਉਂਕਿ ਪੱਟੇ ਘਰ ਵਾਲੇ ਕਹਿੰਦੇ ਬੱਲੇ ਬੱਲੇ ਕਰਵਾ ਰਹੇ ਹੈ ਬਾਲਾ ਪੌਂਦੀਆਂ ਕਰਦੇ ਬਾਲਾ ਪੌਂਦ ਦੀਆਂ ਕਰਦੇ ਬਾਅਦ ਕੋਈ ਲਾਭ ਰਹਾ ਦੇ ਵੀ ਬਾਲਾ ਘੱਟ ਸੀਗੀ ਹੈ ਤਾਂ ਬਾਅਦ ਘੱਟ ਰਹੇਗੀ ਬਾਲਾ ਮਾਰੀਆਂ ਸੀਗੇ ਏਦਾਂ ਦੀ ਗੱਲ ਨੀ ਹੋਣੀ ਪ੍ਰਬੰਧਕਾਂ ਨੇ ਹੈਲੋ ਡਾਲੇ ਦੀ ਟੀਮ ਦੇ ਆਪਣਾ ਪ੍ਰਾਈਜ਼ ਲੈ ਡਾਲੇ ਦੀ ਟੀਮ ਆਓ ਡਾਲੇ ਵਾਲੇ ਆਪਣਾ ਪ੍ਰਾਈਜ਼ ਜ਼ਰੂਰ ਪ੍ਰਾਪਤ ਕਰਨ ਡਾਲੇ ਦੇ ਖਿਡਾਰੀ ਆਓ ਗੱਡੂ ਕਹਿੰਦੇ ਬਾਲ ਕਰਦੇ ਨੇ ਫੇਰ ਤਿਆਰ ਵਰ ਤਿਆਰ ਹੈ ਆਓ ਗੱਡੂ ਵੱਡੇ ਘਰ ਵਾਲਾ ਹੈ ਅੱਜ ਫਾਈਨਲ ਹੈ ਆਓ ਕਹਿੰਦੇ ਆਸ਼ੂ ਕੋਠੇ ਪੋਨੇ ਵਾਲਾ ਗੱਡੂ ਵੱਡੇ ਘਰ ਵਾਲਾ ਕਹਿੰਦੇ ਸਾਰੀ ਕਹਾਣੀ ਸਰੀ ਭਾਈ ਜੀ ਜੇ ਗੱਡੂ ਮੇਰੇ ਆਊਟ ਕਰਕੇ ਥਾਪੇ
ਕਮੇਟੀ ਬਣੇਗਾ 1100 ਰੁਪਇਆ। ਚਿੰਤਪੁਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਾਲੀ ਹੋਵੇਗਾ। ਆਊਟ ਕਰਕੇ ਗੱਬੂ ਚੀਮੇ ਵਾਲੇ ਕਹਿੰਦੇ ਆਪਾਂ ਦੇ ਦੇਣਾ ਔਰ ਸਾਹਮਣੇ ਕਹਿੰਦੇ ਸੋਸੋ ਮਾਰਾ ਹੋ ਪੱਲੇ ਪੱਲੇ ਹੋ ਥਾਪੀ ਵਰਿੰਦਰ ਬਰਾੜ ਵੱਲੋਂ ਵੀ ਹੋ ਗਿਆ। 500 ਵਰਿੰਦਰ ਬਰਾੜ ਵਾਲਾ ਮੇਰੇ ਕੋਲ ਆ ਗਿਆ ਕਾਕੇ।
ਅਗਲੀ ਬਾਰ
ਸੁਹਾਣੀਆਂ ਨੇ ਵੀ ਇਹ ਸ਼ੱਕਿਆ ਦੀ ਧੁੱਕੀ ਕੱਢੀ ਜਾਂਦਾ ਪਾਲ ਪੈ ਗਈ ਸੁਖਰਾ ਅਗਲੀ ਵਾਰ ਉਧਰ ਪਰਦੀ ਰਾਣਾ ਵੀ ਨਿੱਕਾ ਦੇ ਤਰਵਿੰਦਰ ਉਹ 10 ਸਾਲ ਭਰਾ ਤੇ ਇਕੱਠੇ ਹੀ ਸਕੂਲ ਪੜ੍ਹਦੇ ਰਹੇ ਹੈ ਉਹ 10 ਸਾਲ ਕਹਿੰਦੇ ਇਕੱਠੇ ਹੀ ਪੜ੍ਹਦੇ ਰਹੇ ਧੁੱਕੇ ਸਿੱਧੇ ਕੰਮ ਇਕੱਠਿਆਂ ਨੇ ਕੀਤੇ ਹੈ ਅੱਜ ਕਹਿੰਦੇ ਸਿੱਧੀ ਕਰਨੇ ਪੈਣੇ ਆ ਉਧਰ 200 ਰੁਪਇਆ ਸੁਲੱਖਣ ਆਸਟ੍ਰੇਲੀਆ ਤੇ ਪਿੰਦਰ ਸਰਪੰਚੋ ਭਰਾਵਾਂ ਵੱਲੋਂ ਵੀ ਹਰ ਇੱਕ ਛੱਡੇ ਦਾ 200 ਹੋਏਗਾ ਬਣੀ ਕੈਰੀ ਓਨ ਰੱਖੀ ਹੋਈ ਹਾਂ ਇੱਥੇ ਲਿਖੀ ਜੀ ਇੱਧਰਲੇ ਮੈਂ ਫੜੀ ਜਾਂਦਾ ਵਾਲਿਆਂ ਨੂੰ ਛੱਕੇ ਗਿਣ ਕੇ ਦੱਸ ਦਾਂਗੇ ਹਰ ਇੱਕ ਮੇਰੇ 500 ਰੁਪਏ ਦੀ ਨਿੱਕੇ ਆਸਟ੍ਰੇਲੀਆ ਗੋਲੀ ਵਾਲੇ ਨਿੱਕੇ ਦੇ ਛੱਕੇ ਗਿਣੇ ਪੈਸੇ ਭਾਈ ਖੁਸ਼ ਹੋ ਤਾਰੀ ਤੁੜੀ ਦਾ ਮਾਰ ਦੇ ਲੈ ਕਹਿੰਦੇ ਸੋਸਣ ਵਾਲਾ ਨਿੱਕਾ ਹੈ ਉੱਧਰ ਵਰਿੰਦਰ ਵੀ ਕਹਿੰਦੇ ਉੱਥੇ ਸਾਹਮਣੇ ਬਾਲ ਪੈਣੀ ਆ ਰਹੀ ਹੈ ਪਹਿਲਾਂ ਪੱਟਾ ਆਜ਼ਾਦ ਕਹਿੰਦੇ ਪੱਲੇ ਬੱਲੇ ਆ ਰੋਟਿਆਂ ਵਾਲਿਆ ਫਿਰ ਕਹਿੰਦੇ ਨੀਨੂ ਬਰਾੜ ਸਾਡਾ ਵੀਰ ਆਉਂਦਾ ਵੀ ਜਿੰਨੀਆਂ ਵੀ ਡਾਟ ਲੱਗਣਗੀਆਂ ਹਰ ਇੱਕ ਦੇ ਇੱਕ ਇੱਕ 100 ਦੇ ਵੱਡੇ ਬਾਲ ਹੋਣਗੇ ਹਰ ਇੱਕ ਬਾਲ ਇੱਕ ਇੱਕ 100 ਦੇ ਵੱਡੇ ਬਾਲ ਹੋਣਗੇ ਉਹ ਨਿੱਕੇ ਨੇ ਫੇਰ ਮਿੱਟੀ ਲਾ ਰਹੀ ਹੈ ਕਿ ਮਿੱਟੀ ਦਾ ਫਤੋਜ ਹੋ ਗਿਆ ਹੁਣ ਨਹੀਂ ਉਹ ਲੱਭਣੇ ਲਾਲ ਗਵਾਚੇ ਤਿੰਨ ਰੰਗ ਨਹੀਂ ਲੱਭਣੇ ਨੇ ਉਸਨੇ ਜਵਾਨੀ ਤੀਜਾ ਮਾਪੇ ਪਰ ਮੈਨੂੰ ਲੱਗਦਾ ਨਿੱਕਾ ਕਹਿੰਦਾ ਖੜ ਜੋ ਬਾਲਾ ਨੀ ਲੱਭਣੀਆਂ ਆ ਸਿੱਧਾ ਵੀਰੇ 1100 ਰੁਪਏ ਦਾ ਸੁਲੱਖਣ ਆਸਟ੍ਰੇਲੀਆ ਤੇ ਪਿੰਦਰ ਸਰਪੰਚ ਜੀ ਮੇਜੋਰ ਬਣਵਾਣੇ ਵਾਲੀ ਆ ਬਾਤ ਇਹ ਸ਼ੱਕ ਆ 1100 ਦਾ 100 ਗੋਲੀਆਂ ਦਾ 1200 ਹੋ ਜਾਣਾ ਭਾਲ ਪੈ ਗਈ ਸਾਹਮਣੇ ਉੱਧਰ ਪ੍ਰਿੰਸ ਨਾਲ ਸਾਡਾ ਵੀਰ ਪਰਮਵੀਰ ਤੇ ਨਾਲ ਸਾਡਾ ਵੀਰ ਵਿੱਕੀ ਉਹ ਕਹਿੰਦਾ ਸਾਨੂੰ ਤੇ ਦੋਨੋਂ ਟੀਮਾਂ ਘਰ ਦੀ ਹੈ ਜਿਹੜੀ ਮਰਜ਼ੀ ਜਿੱਤ ਦੇ ਸਾਡੀਆਂ ਤੇ ਦੱਸਦੀਆਂ ਦਸੇ ਉਂਗਲਾਂ ਘੋਲ ਜਾ ਨਾਲ ਸੋਨੀ ਬਾਈ ਹੈ ਨਾਲ ਕਹਿੰਦੇ ਨਿੱਕਾ ਆਸਟ੍ਰੇਲੀਆ ਨਾਲ ਸਾਡਾ ਵੀਰ ਸੁੱਖੀ ਵਾਸੀ ਹੈ ਤੇ ਨਾਲ ਕਹਿੰਦੇ ਜੱਗੀ ਆਈਲੈਂਡਸ ਵਾਲਾ ਵੀ ਹੈ ਰਵਿੰਦਰ ਬੇਟ ਵੀ 1100 ਦੀ ਨਿੱਕੀ ਆਸਟ੍ਰੇਲੀਆ ਵੱਲੋਂ ਮਾੜੀ ਕਿਆਰੀ ਰੱਖੋ ਬੋਲੇ ਚ ਲੈਣੇ ਦੇ ਭਾਈ ਖੁਸ਼ ਹੋ ਤਾਰੀ ਤੂੜੀ ਨਾ ਮਾਰ ਦੇ ਹਾਏ ਤਾਰੀਆਂ ਵੱਜ ਰਹੀ ਹੈ ਚੀਕਾ ਵੱਜ ਰਹੀ ਹੈ ਕਲਕਾਰੀਆਂ ਵੱਜ ਰਹੀ ਹੈ ਉਹ ਬਾਲ ਦੇ ਕਿਹੜੇ ਕਣਕ ਜੀ ਗਈ ਹੈ ਹੁਣ ਪਤਾ ਨੀ ਦਿੱਲੀ ਡੰਡਾ ਜਾਂ ਪਾਥੂ ਇੱਥੇ ਹੋਇਆ ਹੋਵੇਗਾ ਤੇ ਜਾਂ ਫਿਰ ਬਾਈਆਂ ਨੇ ਸਪਰੇ ਉਹ ਕਰਦੀ ਹੋਈ ਹੈ ਹਾਏ ਸਾਹਮਣੇ ਉਹਦਾ ਪਹਿਲੂ ਦੇਖਾਂਗੇ ਜਿਹੜਾ ਕੁਛ ਉਹ ਦੇਖ ਰੋਦੇ ਆ ਰਿਹਾ ਹਾਂ ਸਾਹਮਣੇ ਬਾਲ ਫੇਰ ਪੈ ਗਈ ਹੈ ਪਰ ਮੁੰਡਾ ਨਿੱਕਾ ਬੂਟਾ ਸਿੰਘ ਦਾ ਪੁੱਤਰ ਸਾਹਮਣੇ ਸੋਨੀ ਬਾਲ ਆਹ ਰਾੜੂ ਵਾਲਾ ਪਰ ਰਣ ਜਿਹੜਾ ਇੱਕ ਆ ਗਿਆ ਬਾਲ ਪੈ ਗਈ ਤੇ ਕਰ ਗਿਆ ਸੁਖਰਾਜ ਓਵਰ ਸਮਾਪਤ ਹੈ ਠੰਡ ਕਿੰਨੀ ਇੱਥੇ ਰੱਖ ਉਧਰ ਸੁੱਖਾ ਵਾਸੀ ਹੈ ਪ੍ਰਿੰਸ ਵਾਸੀ ਹੈ ਨਾਲ ਅਰਜਨ ਵਾਸੀ ਹੈ ਤੇ ਨਾਲ ਵੀਰ ਪ੍ਰਤਾਪ ਵਾਸੀ ਉਹਨਾਂ ਵੀ ਵੱਡਾ ਯੋਗਦਾਨ ਹੈ ਸੋਨੀ ਬਾਈ ਦੀਆਂ ਜੋਟਾਂ ਫਿਰਦਾ ਪਰਮਵੀਰ ਬਾਈ ਹੈ ਨਾਲ ਸਾਡੇ ਵੀਰ ਵਿੱਕੀ ਹੋਣੀ ਹੈ ਬਹੁਤ ਵਧੀਆ ਕਰ ਦਿਓ ਕਿਉਂਕਿ ਬਾਲਾਂ ਨਾਲ ਹੀ ਕੰਮ ਚੱਲਣਾ ਉੱਧਰ ਸਾਡਾ ਵੀਰ ਤੇਜਵੀਰ ਬਰਾੜ ਉਹ ਵੀ ਵੱਡੇ ਜਿਗਰੇ ਵਾਲਾ ਉਹਦੇ ਭਰਾ ਨੇ ਸਾਰਾ ਕੁਝ ਸੋਲਿਆ ਤੇ ਪ੍ਰਬੰਧਕਾਂ ਨੂੰ ਆਉਂਦਾ ਵੀ ਅਗਲੇ ਸਾਲ ਮੇਲੇ ਦੇ ਵਿੱਚ ਕੋਈ ਕੱਚ ਨਹੀਂ ਰਹਿਣਾ ਚਾਹੀਦਾ ਜਿੰਨੇ ਮਾਇਆ ਦੇ ਗੱਫੇ ਵਾਹਗਾ ਨਾਲ ਇਹ ਮੈਨੂੰ ਸਾਰੇ ਹੀ ਦੱਸ ਦਿਓ ਭਾਵੇਂ 50,000 ਪੈ ਜੇ ਭਾਵੇਂ 1,00,000 ਪੈ ਜੇ ਭਾਵੇਂ 1.5 ਲੱਖ ਦੇਣਾ ਪੈ ਜੇ ਉਸ ਭਰਾ ਦਾ ਵੀ ਧੰਨਵਾਦ ਇੱਕ ਤਾਰੀ ਮਾਰ ਦੋ ਜੇ ਫਾਦੇ ਘਾਟੇ ਵੀ ਪੂਰੇ ਕਰ ਦੇਣੇ ਅਗਲੇ ਸਾਲ ਦੇ ਪਰ ਮਰਾੜੂ ਵਾਲਿਆ ਆ ਜਿਹੜਾ ਸਾਲ ਖਤਮ ਹੋਣ ਨੂੰ ਆਇਆ ਆਪਾਂ ਕੁਝ ਖਾਸ ਨਹੀਂ ਕੀਤਾ 2019 ਦੇ ਵਿੱਚ ਆ ਸਾਲ ਖਤਮ ਹੋਣ ਨੂੰ ਆਇਆ ਕਿਉਂਕਿ ਆ ਸਾਲ ਦੇ ਵਿੱਚ ਰਸ਼ੀਅਨ ਟੈਂਕ ਨੇ ਸਾਰਾ ਪੰਜਾਬ ਜਿੱਤਿਆ ਜਾਂ ਤਲਵਿੰਦਰ ਜਿੱਤਿਆ ਤੇ ਜਾਂ ਪੋਂਗੋ ਜਿੱਤਿਆ ਆਪਾਂ ਨਹੀਂ ਕੁਝ ਕੀਤਾ 2019 ਖਤਮ ਹੋਣ ਨੂੰ ਆਇਆ
ਉਧਰ ਕਹਿੰਦੇ ਰਾਜੂ ਵੱਡੇ ਘਰ ਵਾਲੇ ਦਾ ਅਗਲੇ ਕੱਪ ਦੇ ਸਾਡਾ ਵੀਰ ਪ੍ਰਿੰਸ ਨਾਲ ਪਰਮਵੀਰ ਵਰਿੰਦਰ ਕਨੇਡਾ ਦੇ ਨਾਲ ਸੋਨੀ ਦੇ ਨਿੱਕਾ ਉਹ ਕਹਿੰਦੇ ਵੀ ਰਾਜੂ ਦਾ ਅਗਲੇ ਸਾਲ ਕੱਪ ਦਾ ਵੱਡਾ ਸਰਦਾਰ ਹੋਵੇਗਾ ਜਿੱਡਾ ਵੱਡਾ ਕੱਪ ਦਾ ਰਾਜੂ ਦਾ ਉੱਡਾ ਹੀ ਕੱਪ ਬਣਾ ਦੇਣਾ ਛੋਟੇ ਵਧਾ ਵੀ ਦੇਵੇਗੇ ਕਿਉਂਕਿ ਇਹਨੇ ਉਹਨਾਂ ਚਿਰ ਵੱਧ ਹੀ ਆਉਣਾ ਔਰ ਸਾਹਮਣੇ ਅਗਲੀ ਵਾਰ ਬਹੁਤ ਗਲੀ ਬੰਦਾ ਕਹਿੰਦੇ ਫੇਰ ਵਧੇਗਾ ਮੁਕਾਬਲਾ ਤਕੜਾ ਔਰ ਸਾਹਮਣੇ ਉਹ ਡਰਦਾ ਉਹ ਡਰਦਾ ਉਹ ਜੋੜੋ ਹਿੱਟ ਵੱਜ ਗਈ ਹੈ ਰਨ ਇੱਕ ਔਰ ਦੂਜੇ ਦੀ ਟਰਾਈ ਹੈ ਔਰ ਰਨ ਕਹਿੰਦੇ ਦੋ ਬਣ ਗਏ ਨੇ ਰਾਓ ਸਾਹਮਣੇ ਮੁਕਾਬਲਾ ਤਕੜਾ ਉਧਰ ਕਮੇਟੀ ਵਾਲੇ ਆਉਂਦੇ ਆ ਛੱਕਾ ਮਾਰ ਕੇ ਹਵਾਈ ਤੁਸੀਂ ਕਰਦਾ ਤਾਂ ਵੀ 500 ਫਲਾ ਕਿਸਦਾ ਫਲਾ ਕਿਸਦਾ ਬਾਬਾ ਜੀ ਭੱਜ ਲੋ ਉਹਨੂੰ ਪਾਣੀ ਦੀ ਲੋੜ ਆ ਉਹਨੂੰ ਪਾਣੀ ਦੀ ਲੋੜ ਆ ਉਹਦੀ ਪਰਥਾ ਬਣਦੀ ਹੈ ਉਧਰ ਇਹ ਜਾਣਾ ਮੇਰੇ ਆਉਟ ਕਰਕੇ ਫਲਾ ਕਿਸ ਕਰੇਗਾ 500 ਰੁਪਏ ਉਹਦੇ ਲਈ ਪਿੰਦਰ ਪ੍ਰਧਾਨ ਚੀਮਾ ਜੋਰ ਪਰ ਯਾਰ ਕਰਤਾ ਕਾਕੇ 500 ਉਧਰੋ ਤੇ 600 ਬਾਈ ਕਹਿੰਦਾ ਪ੍ਰਿੰਸ ਕਹਿੰਦਾ ਮੇਰਾ ਪਾ ਦਿਓ 1100 ਰੁਪਇਆ ਜੇ ਉਹਦਾ ਫਰੈਕਿਸ ਕਰੇਗਾ ਜੇ ਨਿੱਕਾ ਫਰੈਕਿਸ ਕਰਦਾ ਛਾਕਾ ਮਾਰ ਕੇ ਕਮੇਟੀ ਵਾਲੇ 500 ਉਹ 1100 ਕਮੇਟੀ ਵਾਲੇ ਨਿੱਕੇ ਲਈ ਵੀ 1100 ਖੇਡਾਂ ਉੱਤੇ ਲਾਉਂਦੇ ਆ ਖਰੇ ਖੇਡੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਿਣਕਾ ਕੇ ਉਹ ਰਾਜੇ ਖੇਲੇ ਸੱਜੇ ਸੱਜੇ ਨੂੰ ਮੇਰੇ ਚੱਪੀਆਂ ਪਾ ਕੇ ਨਿੱਕੇ ਦਾ 1100 ਮੈਨੂੰ ਆ ਗਿਆ ਮੈਂ ਤਰਿੰਦਰ ਨੂੰ ਫੜਾਤਾ ਮੈਂ ਵੀ ਤਰਿੰਦਰਾ 1100 ਫੜਾਇਆ ਕਿਸਾ ਦਾ ਉਧਰ ਜੋਤੀ ਆਸਟ੍ਰੇਲੀਆ ਦੇ ਫਾਦਰ ਸਾਹਿਬ ਸਰਦਾਰ ਲਕਸ਼ਮਣ ਸਿੰਘ ਜੀ ਮਾਸਟਰ ਨੂੰ ਵੀ ਪੁੱਜ ਗਏ ਬੜਾ ਧੰਨਵਾਦ ਹੈ ਜੀ ਆਇਆਂ ਨੂੰ ਕਹਿੰਦੀ ਸਾਰੀ ਪ੍ਰਬੰਧਕ ਕਮੇਟੀ ਮੇਲਾ ਸਿਰੇ ਦਾ ਆ ਗਿਆ ਸਿਖਰਾਜ ਮੇਲਾ ਸਿਰੇ ਦਾ ਆ ਗਿਆ ਕਿ ਪੱਟੇ ਘਰ ਵਿੱਚ ਭਾਰੀ ਆਰੋ ਇਕੱਠ ਹੋ ਗਿਆ ਮੇਲਾ ਮੇਰੇ ਮਿੱਤਰਾਂ ਦਾ ਜਮਾ ਹੀ ਅੱਤ ਹੋ ਗਿਆ ਉਧਰ ਬਾਈ ਆਉਂਦੇ ਆ ਨਿੱਕਾ ਆਸਟ੍ਰੇਲੀਆ ਆ ਰਹਾ ਵੀ ਨਿੱਕਾ ਛੱਕਾ ਮਾਰ ਕੇ ਇੱਕ ਹੋਰ ਫਲਾਈ ਕਿਸ ਕਰੇਗਾ $50 ਉੱਤੇ ਲਾਉਣਗੇ ਇਸ ਨਿੱਕਿਆ $50 ਉਹ ਨਿੱਕੇ ਦੇ $50 ਤਲਵਿੰਦਰ ਕੋਲੇ ਚਲੇ ਗਏ ਨਿੱਕੇ ਦੇ $50 ਤਲਵਿੰਦਰ ਨਿੱਕੇ ਕਿਹੜਾ ਵਿਖਾ ਦਈਏ ਲੋਕਾਂ ਨੂੰ ਆਓ ਆ ਡਾਲਰ ਵੀ ਆ ਵੇਖੋ $50 ਤਾੜੀ ਮਾਰਦੇ ਡਾਲਰ ਕਹਿੰਦੇ ਆਸਟ੍ਰੇਲੀਆ ਵਾਲੇ ਆ ਆਸਟ੍ਰੇਲੀਆ ਵਾਲੇ ਆ ਫਰਾਏ ਕਿੱਸਾ ਦੇ ਲੱਗੇ ਅੱਜ ਤਾਂ ਅੱਜ ਦਾ ਫਰਾਏ ਕਿੱਸਾ ਦੇ ਜਿਉੜਿਆ ਤੂੰ ਫਰਾਏ ਕਿਸ ਕਰਦੇ ਚੀਮੇ ਵਾਲੇ ਕਹਿੰਦੇ 1100 ਅਸੀਂ ਦੇਵਾਂਗੇ ਇੱਕ ਗੱਲ ਆ ਅੱਜ ਪੱਟੇ ਘਰ ਵਾਲਾ ਨਾ ਯਾਰ ਅੱਜ ਫੁੱਟ ਪਾ ਦੀ ਥਾਪੀਆਂ ਬਣਾਉਂਦੀਆਂ ਇਹ ਗੱਲ ਕੀ ਆ ਉਧਰ ਜੋਤੀ ਚੀਮਾ ਜੀ ਉਹਨਾਂ ਦੇ ਫਾਦਰ ਸਾਹਿਬ ਆਏ ਉਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਹੈ ਸਰਦਾਰ ਲਕਸ਼ਮਣ ਸਿੰਘ ਯੂਰਪ ਜੋਤੀ ਆਸਟ੍ਰੇਲੀਆ ਦੇ ਫਾਦਰ ਸਾਹਿਬ ਤੌਰ ਤੇ ਆਏ ਔਰ ਜੀ ਆਰ ਕਹਿੰਦੇ ਸਾਰੀ ਪ੍ਰਬੰਧਕ ਕਮੇਟੀ ਸਰਦਾਰ ਲਕਸ਼ਮਣ ਸਿੰਘ ਜੀ ਬੜਾ ਧੰਨਵਾਦ ਸਰਦਾਰ ਲਕਸ਼ਮਣ ਸਿੰਘ ਜੀ ਸਾਡੇ ਦਰਮਿਆਨ ਆਏ ਹੈ ਬੜਾ ਧੰਨਵਾਦ ਆ ਵੀ ਸਕੋਰ ਦੱਸੀ ਕਿੰਨੇ ਹੋ ਗਏ ਰੁੱਪਾ ਹੇੜੀ ਪਿੰਡ ਦਾ ਲੈਮਨ ਛੋੜ ਕੇ ਸ਼ਬਦ
ਉਧਰ ਕਹਿੰਦੇ ਲਵਲੀ ਬਰਾੜ ਟੋਕਰਾਂ ਦਾ ਵੀ ਸਾਡੇ ਅਧਿਕਾਰ ਆ ਗਿਆ, ਉਹਦਾ ਵੀ ਧੰਨਵਾਦ ਕਰਦੇ ਆ ਭਰਾ ਇੱਥੇ ਆਉਣ ਦੇ ਨਾਲ ਸਾਹਮਣੇ ਚੌੜਾ ਫੇਰ ਆ ਗਿਆ, ਚੌੜਾ ਫੇਰ ਆ ਗਿਆ ਹੋ ਪੱਲੇ, ਬਾਲ ਕਹਿੰਦੇ ਵਾਈਡ ਹੈ, ਬਾਲ ਕਹਿੰਦੇ ਵਾਈਡ ਹੈ, ਉਹ ਕਹਿੰਦੇ ਸਾਲ ਭਿੜ ਰਹੇ ਹੈ, ਉਹ ਮਰਦਾਂ ਦੀ ਟੱਕਰ ਚੱਲ ਰਹੀ ਹੈ ਕਿ ਤੀਵੀਆਂ ਦਾ ਯਾਰ ਕਾਜੀ ਵੀ ਬਣਾਈ ਦਾ, ਨਾਗ ਡਾਟ ਵਾਲੀ ਥਾਂ ਬਹਿ ਕੇ ਨੀ ਉਹ ਖਾਈ ਦਾ, ਹੱਸ ਕੇ ਨੀ ਪੁੱਛੀ ਦਾ ਵੀ ਹਾਲ ਦੁਖੀ ਦਾ, ਦੇਖ ਕੇ ਤਰੱਕੀਆਂ ਨੀ ਕਦੇ ਦੁਖੀ ਦਾ, ਬਾਹੂਬਲੀ ਸਾਰਿਆਂ ਨੇ ਦੇਖੀ ਹੋਈ ਮੈਨੂੰ ਲੱਗਦਾ ਕੰਮ ਪੱਟੇ ਕਰਕੇ ਰੋਟੀਆਂ ਦਾ ਸਿਰੇ ਹੋ ਗਿਆ, ਲਾ ਬਾਈ ਦੱਸੀ ਕਿੰਨੇ ਹੋ ਗਏ ਸਿੱਧੂ 52 ਕਿੰਨੇ ਕਰੋਗੇ 5/55 ਲਾਸਟ ਓਵਰ ਬਾਕੀ ਫੈਸਲੇ ਹੋਣਗੇ ਪਹਿਲੀ ਇਨਿੰਗ ਦੇ, ਸੰਗਤ ਜਿੰਨੀ ਵੀ ਆਈ ਹੈ ਇਕੱਲੇ ਇਕੱਲੇ ਬੱਚੇ ਦਾ ਨੌਜਵਾਨ ਦਾ ਬਜ਼ੁਰਗ ਦਾ ਸਾਰੇ ਭਰਾਵਾਂ ਦਾ ਵੱਡਾ ਧੰਨਵਾਦ, ਜਿਹੜੇ ਵੀ ਵੀਰ ਵੇਖਣ ਆਏ ਹੈ, ਜਿੰਨੇ ਵੀ ਵੀਰ ਕੰਮ ਧੰਦੇ ਛੱਡ ਗਏ ਹੈ, ਜੋਤਾ ਬਘੇਲਾ ਉਹਦਾ ਵੀ ਪ੍ਰਬੰਧਕਾਂ ਨੇ ਵੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੋਤਾ ਬਘੇਲਾ, ਜਿੰਨੇ ਵੀ ਖਿਡਾਰੀ ਆਏ ਹੈ, ਜਿੰਨੇ ਵੀ ਸਪੋਟਰ ਆਏ ਹੈ, ਜਿੰਨੇ ਵੀ ਕ੍ਰਿਕਟ ਦੇ ਪ੍ਰਮੋਟਰ ਆਏ ਹੈ, ਆਲੇ ਦੁਆਲੇ ਦੀਆਂ ਕਮੇਟੀਆਂ ਆਈਆਂ, ਸਾਰੇ ਵੀਰਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਸਖਰਾਜ ਭਾਈ। ਇੱਕ ਗੱਲ ਹੈ, ਜਿੱਥੇ ਮੇਲਾ ਰੱਖਿਆ ਸੀ ਨਾ ਭਾਈਆਂ ਨੇ, ਲੱਗਦਾ ਨੀ ਸੀ ਆਹ ਕੁਝ ਹੋਜੂ, ਪਰ ਜਿਹੜਾ ਕੁਝ ਹੋ ਗਿਆ ਛੇਵੇਂ ਪਾਤਸ਼ਾਹ ਦੀ ਕਿਰਪਾ ਨਾਲ ਹੋਇਆ ਸਾਰਾ ਕੁਝ, ਜਿਹੜਾ ਅਨੁਭਵ ਹੋ ਗਿਆ ਲੱਗਦਾ ਨੀ ਸੀ 31,000 ਤੇ ਇੰਨਾ ਕੁਝ ਹੋਜੂ, ਬਣ ਗਏ ਹੁਣ ਆਲੇ ਦੁਆਲੇ ਵਾਲਿਆਂ ਨੂੰ ਫਿਕਰ ਪੈ ਗਿਆ, ਜਿਹੜੇ ਆਲੇ ਦੁਆਲੇ ਟੂਰਨਾਮੈਂਟ ਆਉਣ ਵਾਲੇ ਦਿਨਾਂ ਚ ਹੋ ਰਹੇ ਹੈ ਵੀ ਇਹਨੂੰ ਬਣ ਕੇ ਕਰਾਵਾਂਗੇ ਤੇ ਕੀ ਕਰਾਵਾਂਗੇ, ਇਹਨੂੰ ਵੱਡਾ ਮੇਲਾ ਕਰਾਵਾਂਗੇ ਤੇ ਕਿਵੇਂ ਕਰਾਵਾਂਗੇ, ਉਹ ਦੁਨੀਆ ਚੱਕਰਾਂ ਚ ਪੈ ਗਈ ਇੱਕ ਵਾਰੀ ਤੇ ਅਗਲੀ ਬਾਰ ਸਾਹਮਣੇ 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 ਉਹ ਤਾਂ ਤੁਰ ਗਿਆ ਪਰ ਸੁੱਖੀ ਭੁਲੇਖੇ ਚ ਰਹਿ ਗਿਆ, ਉਹ ਤਾਂ ਤੁਰ ਗਿਆ ਪਰ ਸੁੱਖੀ ਭੁਲੇਖੇ ਚ ਰਹਿ ਗਿਆ, ਨਾਲ ਸਾਹਮਣੇ ਮੁਕਾਬਲਾ ਕਹਿੰਦੇ ਤਗੜਾ ਸਿਰੇ ਦਾ ਕਿ ਸੱਸ ਸਹੁਰਾ ਦੇ ਦਿੱਤਾ ਤੋਂ ਮਿਲਦਾ ਪਿਆਰ ਬਥੇਰਾ ਨੇ, ਮਾਹੀ ਮਿਲ ਸ਼ਰਾਬੀ ਗਿਆ ਤਾਂ ਨੀ ਭੁੱਲਦਾ ਚੇਤਾ ਤੇਰਾ ਨੇ, ਕੀ ਕਰਨਾ ਹਵੇਲੀਆਂ ਨੂੰ ਉਹ ਜੇ ਜੱਗ ਤੋਂ ਪਰਦੇ, ਮੈਂ ਤੈਨੂੰ ਦੱਸਦੀ ਆ ਆ ਕਾਰ ਵੇਖ ਕੇ ਕਹਿ ਦੋ ਕਿ ਮੈਂ ਸੁੱਖੀ ਦੱਸਦੀ ਆ, ਹੁਣ ਵੇਖਾਂਗੇ ਕੌਣ ਸੌਖਾ ਚੱਲੋ ਸੁਖਿਆ, ਮੁੰਡਾ ਫੇਰ ਉਹੀ ਹੈ, ਕਹਿੰਦੇ ਵੀ ਜੇ ਆਹ ਬਾਲਰ ਵਿਕਟ ਪ੍ਰਾਪਤ ਕਰੇਗਾ ਨਿੱਕੇ ਦੀ 1100 ਕਮੇਟੀ ਅੰਦਰ, ਪਰ ਉਹ ਕਹਿੰਦਾ ਖੜ ਜਾ ਖੜ ਜਾ ਖੜ ਜਾ, ਉਹ ਵਿਕਟ ਕਰਕੇ ਪ੍ਰਬੰਧਕਾਂ ਦੇ ਨਾਲ ਥਾਪੀ ਵੀ ਵੱਜਣੀ ਚਾਹੀਦੀ ਆ, ਫੇਰ 1100 ਦੇਣਾ ਨਾਲ ਥਾਪੀ ਵੀ ਵੱਜਣੀ ਚਾਹੀਦੀ ਹੈ, ਪਰ ਸੁੱਖ ਵਾਲਿਆਂ ਦਾ ਵੀ ਟਾਈਮ ਚੱਲਦਾ, ਵੱਡੇ ਘਰ ਵਾਲੇ ਵੀ ਅੱਜ ਤੋਂ ਛਾਏ ਫਿਰਦੇ ਆ, ਵੱਡੇ ਘਰ ਵਾਲੇ ਵੀ ਅੱਜ ਤੋਂ ਛਾਏ ਫਿਰਦੇ ਆ, ਨਾਲ ਸਾਹਮਣੇ ਮੁੰਡਾ ਵੱਡੇ ਘਰ ਵਾਲਾ ਬਾਲ ਸਿਰੇ ਦੀ ਪਾ ਗਿਆ, ਉਹ ਮੁੰਡੇ ਨਾਲ ਤਾੜੀ ਦਾ ਮਾਰ ਦੇ, ਇੱਕ ਜ਼ੋਰਦਾਰ ਤਾੜੀ ਮਾਰ ਦੇ ਕਿ ਜੇਬਾਂ ਵਿੱਚ ਭਰੇ ਤੇਰੇ ਮਿਹਣੇ ਅੱਲੜੇ, ਲੱਪ ਦੇ ਹੁੰਦੇ ਆ ਲੈਣੇ ਤੇਰੇ ਅੱਲੜੇ, ਆਖਰੀ ਹੁੰਦੀ ਸੀ ਕਦੇ ਦਿਲ ਆ ਜੱਟ ਨੂੰ ਆਉਣਾ ਦੇਖ ਲੈ, ਰਕਾਨੇ ਗੇਮ ਪਾ ਗਿਆ ਚੱਕ ਕਰ ਲਈ ਕਲੋਕ ਜਾ ਕੇ ਕੱਢ ਦੇ, ਵੱਡੀ ਸੂਈ ਦੇ ਯਾਰਾਂ ਦਾ ਟਾਈਮ ਆ ਗਿਆ, ਵੱਡੀ ਸੂਈ ਦੇ ਯਾਰਾਂ ਦਾ ਟਾਈਮ ਆ ਗਿਆ, ਹੁਣ ਨਿੱਕਾ ਕਹਿੰਦੇ ਡਿੱਗਦਾ ਫਿਰਦਾ, ਉਹਨੂੰ ਪਤਾ ਰਨ ਘੱਟ ਹੈ, ਉਹਨੂੰ ਪਤਾ ਘੱਟ ਹੈ, ਲਾਪਰੀ ਨੂੰ ਵੀ ਪਤਾ, ਹੁਣ ਤਗੜੀਆਂ ਪੌੜੀਆਂ ਪੈਣੀਆਂ, ਉਹ ਪਾਣੀ ਫੇਰ ਪੀ ਲਿਆ, ਫੇਰ ਖੜ ਗਿਆ, ਕਹਿੰਦਾ ਅਜੇ ਲੈਂਦੇ ਝੱਗੇ ਦੇ ਨੇਚੇ, ਉਹ ਫੈਸਲੇ ਹੋਣਗੇ, ਇਹ ਫੈਸਲਾ ਪੀ ਪੀ ਜਾ ਕੇ ਜਿਹੜੇ ਖੜਦੇ ਮੇੜਾ ਤੇ, ਉਹ ਬਸ ਪਲਸਤਰ ਲੱਗਿਆ ਸਭ ਜੀ ਸਭ ਦੇ ਜੋਰਾਂ ਤੇ, ਕਰਕੇ 5 ਦੁਕਾਨਾਂ ਕਾਗ ਪਾਣੀ ਸੜਕ ਦੀਆਂ, ਹੁਣ ਲੁਕਣ ਕਦੇ ਨੀ ਦੇਣੇ, ਦੇਖੀ ਡਾਂਗਾ 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 ਖੜਕ ਦੀਆਂ, ਅੱਜ ਤੇ ਵੱਡੇ ਘਰ ਤੋਂ ਤੰਬੇ ਖੜਕੀ ਜਾਂਦੇ, ਅੱਜ ਤੇ ਟਕੂਆ ਤੇ ਟਕੂਆ ਖੜਕੀ ਜਾਂਦਾ, ਆਹ ਮੇਲਾ ਸਿਰੇ ਦਾ ਜੋਰ ਲੱਗਾ ਹੋਇਆ ਕਿ ਕੰਧ ਟੱਪ ਗਈ ਦੋ ਮਾਪਿਆਂ ਦੇ ਘਰ ਦੀ, ਘਰ ਦੀ ਕਿਤੇ ਨੀ ਸੱਤ ਬੰਦੇ ਨਹੀਂ ਬੈਠ ਕੇ ਅਮਰੀਕਾ ਵਿੱਚ ਹੁੰਦੇ, ਕੰਮ ਗਾਂਧੀ ਹੁਣੀ ਕਰ ਗਏ ਦੇ ਖੰਨੇ, ਜਿੰਦਰਾਂ ਦੇ ਤਖਤ ਨਹੀਂ ਉਹ ਜਾਂਦੇ ਪਲਟੇ, ਘੇਰ ਕੇ ਜਿੱਤਲਾ ਦੀ ਵਾਰ ਨੂੰ ਬੜੇ ਬੰਦੇ ਦੇ ਨੇਥੇ ਜੋ ਜਿਹੜਾ ਨਿਕਲੇ, ਅੱਕ ਲਾਉਣੀ ਆ
ਹੁੰਦਾ ਲਓ ਸਾਹਮਣੇ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਭਾਈ ਠੀਕ ਹੈ ਕੰਮ ਉਹ ਤੁਹਾਡੇ ਘਰ ਵਾਲੇ ਉਹ ਚੀਨਾ ਅੱਜ ਤੇ ਕਾਪੀਆਂ ਨੀ ਵੱਡੇ ਵੱਡੇ ਰਜਿਸਟਰ ਭਰ ਗਏ ਆ ਉਹ ਮਾਇਆ ਦੇ ਵੱਡੇ ਗੱਫੇ ਆ ਉਹ ਕਹਿੰਦੇ ਮੈਚ ਸਰੇ ਦਾ ਚੱਲ ਰਿਹਾ ਉਧਰ ਸਾਡਾ ਪਰਮੀ ਰਾਣਾ ਸਾਹਮਣੇ ਬਾਲ ਪੈ ਰਹੀ ਹੈ ਪ੍ਰਬੰਧਕਾਂ ਵੱਲੋਂ ਪੰਜਾਬੀ ਬੋਲਣ ਦਾ ਵੱਡਾ ਮਾਣ ਵੀ ਆਇਆ ਧੰਨਵਾਦ ਕਰਦੇ ਆ ਨਿੱਕਾ ਬਰਾੜ ਕਹਿੰਦਾ ਵੀ ਨਿੱਕਾ ਬਾਲ ਤੇ ਛੱਕਾ ਮਾਰੂ 200 ਬੂਟੇ ਭਾਈ ਜੇ ਤਾਂ ਨਿੱਕੇ ਦਾ ਕੰਮ ਵਧੀਆ ਲੱਗਿਆ ਤਾਰੀ ਹੋਣ ਮਾਰੇ ਕਰੀ ਨਿੱਕਾ ਸੋਸਣ ਵਾਲਾ ਉਹ ਮੁੰਡੇ ਨੇ ਕਮਾਲ ਹੀ ਕਰ ਦਿੱਤੀ ਆ ਬੂਟੇ ਬਰਾੜ ਨੇ 200 ਆ ਗਿਆ ਵੀ ਬਾਈ ਪਰਮੀ ਦਾ ਮਾਇਆ ਰੱਖ ਵੀਰੇ ਸ਼ੇਅਰ ਕਰ ਦੋ ਜਿਹਨੂੰ ਨਿੱਕੇ ਦੀ ਬੈਟਿੰਗ ਸਿਰਾ ਲੱਗ ਰਹੀ ਆ ਛੱਕਾ ਨਿੱਕਾ ਲਾਵੇ 500 ਫੜਾ ਕੇ ਸੋਣੀ ਚਾਹੀਦੀ ਹੈ ਜੇ ਨਾ ਲੱਗੇ 20 ਹਰ ਲਾਗੇ ਜੇ ਨਾ ਲੱਗਿਆ 20,000 ਲਾਗੇ ਪਰ ਫੜਾਏ ਕਿਸ ਆਹ ਬਾਤੇ ਛੱਕਾ 500 ਲਾਵੇਗਾ ਬਸ ਸਾਹਮਣੇ ਵਾਲ ਪੈ ਗਈ ਹੈ ਨਿੱਕਾ ਤਿਆਰ ਸਾਬੀ ਕਿਤਾਬੀ ਸਰਾਈ ਹੋ ਗਿਆ ਨਿੱਕਿਆ ਪੱਤਿਆ ਪਏ ਫੜਨਾ ਨਿੱਕੇ ਦੇ ਉਹ ਪਰਮਿੰਦਰ ਸਿੰਘ ਫਾਦਰ ਸਾਹਿਬ ਵੀ ਰੋਡ ਕੱਢੀ ਬੈਠੇ ਆ ਕਹਿੰਦੇ ਤੁਸੀਂ ਤਾਂ ਇੱਧਰ ਹੋਇਆ ਵੀ ਖਾਰ ਕਰੀ ਗੱਲ ਕਹਿੰਦੇ ਮੇਲਾਨ ਸਰੇ ਲੈ ਉਹ ਬਾਈ ਜਿਹੜੇ ਜਿਹੜੇ ਤੋੜਨਾ ਦਰ ਤੋਂ ਖੁਸ਼ ਹੈ ਕੁਆਰੀ ਤਾੜੀ ਤੂੜੀ ਮਾਰਦੇ ਪਰਮਿੰਦਰ ਸਿੰਘ ਜੀ ਕੈਨੇਡਾ ਦੇ ਫਾਦਰ ਸਾਹਿਬ ਵੱਲੋਂ ਨਿੱਕੇ ਲਈ ਦੱਸੋ ਲੈ ਵੀ ਨਿੱਕੇ ਦੇ ਪਾਸੇ ਬੰਦਾ ਤੂੰ ਹੀ ਫੜ ਲੈ ਹੋਰ ਪਾਸੇ ਆ ਗਿਆ ਐਨ ਕਹਿੰਦੇ ਗੱਲਾਂ ਟਿਕਾਣੇ ਕਰੀ ਗੱਲ ਉੱਧਰ ਸਰਦਾਰ ਆਤਮਾ ਸਿੰਘ ਜੀ ਸਾਡੇ ਵਿਚਕਾਰ ਆਏ ਆ ਇੱਥੇ ਆਉਣ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਨਾਲ ਸਰਦਾਰ ਬਲੌਰ ਸਿੰਘ ਜੀ ਉਹ ਵੀ ਪੁੱਜਿਆ ਬਹੁਤ ਬਹੁਤ ਧੰਨਵਾਦ ਕਰਦੇ ਇੱਥੇ ਆਏ ਫੋਟੋ ਵਾਲਾ ਵੀਰ ਧਿਆਨੇ ਫੋਟੋ ਵਾਲਾ ਵੀਰ ਪੈਸੇ ਫੋਟੋ ਪਾ ਕੇ ਦੇਣੇ ਆਪਾਂ ਪੀਸੀ ਵਰਲਡ ਦਾ ਕੈਮਰਾਮੈਨ ਸਾਡੇ ਕੋਲੇ ਹਾਲੇ ਤੱਕ ਇਕੱਲੇ ਨਿੱਕੇ ਦੇ 63 ਹੋ ਗਏ ਆ ਤਾੜੀ ਮਾਰਦੇ ਜੋਰ ਰੜਕਣ ਕੇ ਨਿੱਕੇ ਦੇ 63 ਹੋ ਗਏ ਆ ਪਿਆਰ ਦੇ ਨਾਲ ਕੋਈ ਬਹਿਸਬਾਜੀ ਨੀ ਕਰਨੀ ਉਹ ਵੀ ਆਪਣੇ ਉਹ ਵੀ ਆਪਣੇ ਉਹ ਵੀ ਆਪਣੇ ਉਹ ਵੀ ਆਪਣੇ ਦੋਨੇ ਟੀਮਾਂ ਘਰ ਦੀਆਂ ਵਿੱਕੀ ਪਿਆਰ ਦੇ ਨਾਲ ਸਮਝਾ ਲਿਓ ਉਹ ਲਿਖੀ ਜਾਂਦੇ ਸਰ ਅੱਗੇ ਲਿਖੀ ਜਾਂਦੇ ਸਰ ਆਪਾਂ ਕਦੇ ਵੀ ਬੋਲਣਾ ਸਰ ਕੋਈ ਗੱਲ ਨੀ ਕੋਈ ਗੱਲ ਨੀ 3 ਲਾਈਵ ਚੱਲ ਰਹੇ ਆ 2 ਪੇਜਾਂ ਤੇ ਅਪਡੇਟ ਹੋ ਰਹੀ ਇੱਕ ਤੇ ਸਕੋਰ ਵੀ 6 ਚੀਜ਼ਾਂ ਲਿਖੀ ਆਈਆਂ ਦਰਸ਼ਕ ਵੀ ਕਈ ਵਾਰੀ ਜਜ਼ਬਾਤੀ ਹੋ ਜਾਂਦੇ ਕਿਉਂਕਿ ਕਈ ਕਹਿੰਦੇ ਵੱਡੇ ਘਰ ਵਾਲੇ ਜਿੱਤ ਜਾਣ ਤੇ ਕਈ ਕਹਿੰਦੇ ਸੋਸਾਂ ਵਾਲੇ ਜਿੱਤ ਜਾਣ ਹੈਨ ਕਹਿੰਦੇ ਨਜ਼ਾਰਾ ਭੱਜਿਆ ਆਇਆ ਨਜ਼ਾਰਾ ਭੱਜਿਆ ਨਿੱਕਿਆ ਮੁੰਡਾ ਕੀ ਕਹਿੰਦੇ ਪੁੱਛੋ ਫੈਸਲੇ ਹੋਣਗੇ ਫੈਸਲੇ ਹੋਣਗੇ ਬਾਲ ਦਾ ਹੀ ਰੌਲਾ ਮੇਰੀ ਬਾਲ ਉਹ ਕਹਿੰਦੇ ਰਹਿੰਦੀ ਇੱਕ ਉਹ ਕਹਿੰਦੇ ਹੋ ਗਈ ਹੈ ਇਹੋ ਹੀ ਰੌਲਾ ਉਹ ਕਹਿੰਦੇ ਰਹਿੰਦੀ ਉਹ ਕਹਿੰਦੇ ਹੋ ਗਈ ਬਾਲ ਦਾ ਰੌਲਾ ਵੀਰੇ ਹੋਰ ਤਾਂ ਕੁਛ ਨਹੀਂ ਹੋਇਆ ਅੱਜ ਪਤਾ ਲੱਗਾ ਫਿਰਿਆ ਫੈਸਲੇ ਹੋਣਗੇ ਵਿੱਕੀ ਰਹੀ ਆਪਾਂ ਨੀ ਕਰਨੇ ਬਾਹਰ ਦੇ ਕਮੇਟੀ ਅੱਛਾ 2 ਘੰਟੇ ਹੋ ਗਏ ਹੈ ਟਾਰਗੇਟ ਬਾਈ ਕਿੰਨੇ ਦਾ
ਟਾਰਗੇਟ ਦੱਸੋ ਜੀ। ਟਾਰਗੇਟ ਇੱਕ ਬੇਨਤੀ ਆ ਬਈ, ਜਿਹੜੀ ਲਾਈਨ ਹੈ ਨਾ ਬਾਰਡਰ ਲਾਈਨ, ਥੋੜੇ ਥੋੜੇ ਪਿੱਛੇ ਹੋ ਜਾਓ, ਕਿਉਂਕਿ ਫਾਈਨਲ ਮੈਚ ਤਾਂ ਨਿੱਕੀ ਜਿਹੀ ਗੱਲ ਤੇ ਨਾ ਕਈ ਵਾਰੀ ਰੌਲਾ ਪੈ ਜਾਂਦਾ। ਸਾਰੇ ਸਿਆਣੇ ਵੀਰ ਹੈ, ਜਿਹੜੀ ਲਾਈਨ ਹੈ ਨਾ ਥੋੜਾ ਥੋੜਾ ਆਪ ਹੀ ਪਿੱਛੇ ਨੂੰ ਹੋ ਜਾਓ। ਇੱਧਰ ਟੋਲੀ ਭਾਈ ਇਹਨਾਂ ਨਿੱਕੇ ਦੀ ਬੈਟਿੰਗ ਤੇ ਖੁਸ਼ ਹੋ ਗਏ, ਮਾਇਆ ਦੇ ਗੱਫੇ ਆਏ ਨੇ ਵੀ ਨਿੱਕਿਆ ਵੀ ਲੈ ਜੀ। ਪਹਿਲੇ ਸਾਰੇ ਪੈਸੇ ਧਰਵਿੰਦਰ ਕੋਲੇ ਪਹੁੰਚ ਗਏ, ਤੇਰੇ ਪਾਈ ਦੇ ਰਹਿ ਗਏ, ਇਹ ਵੀ ਲੈ ਜਾ ਨੌਜਵਾਨਾਂ, ਐਨ ਮੁੰਡੇ ਕਮਾਲ ਕਰ ਗਏ। ਪਹਿਲੀ ਦੇ ਕੱਲਾ ਰਨ ਆਊਟ ਸੀ ਬਾਈ, ਕਹਿੰਦੇ ਵਾਈਟ ਨਹੀਂ ਸੀ, ਨੋਟ ਕਰਨੇ ਦਾ ਵੀ ਨਿੱਕਿਆ ਵੀ ਪੈਸੇ ਫੜਨੀ, ਬਾਕੀ ਧਰਵਿੰਦਰ ਕੋਲੇ ਤੇਰੇ ਸਾਰੇ ਘਰੇ ਜਾ ਕੇ ਹਿਸਾਬ ਤਾਂ ਕਰ ਲਿਓ। ਲੈਵਲ ਟਾਰਗੇਟ ਕਿੰਨੇ ਦਾ? ਨਿੱਕੇ ਨੇ ਅੱਠ ਛੱਕੇ ਮਾਰੇ, ਅਠੱਤਰਾਂ ਦਾ ਟਾਰ ਅਠੱਤਰ ਦਾ ਨਰਪ੍ਰੀਤ, ਅਠੱਤਰ ਦਾ ਟਾਰਗੇਟ ਹੈ। ਨਿੱਕੇ ਨੇ 63 ਰਨ ਦੀ ਪਾਰੀ ਖੇਡੀ ਹੈ, ਬੰਦਾ ਕਹਿੰਦੇ ਸਰਾ ਕਰਵਾ ਗਿਆ ਮੇਰੇ ਵੀਰੇ। ਉਹ ਵੱਡੇ ਘਰ ਵਾਲੇ ਖੁਸ਼ ਹੋ, ਮੇਲੇ ਤੋਂ ਤਾੜੀ ਦਾ ਮਾਰ ਦੇ, ਮੇਲਾ ਸਿਰੇ ਦਾ ਆ ਗਿਆ ਅੱਜ। ਗੱਲ ਟਕਾਰੇ ਲੱਗ ਗਈ ਸੋਨੀ ਬਾਈ, ਠੰਡ ਲੱਗ ਰਹੀ ਹੈ ਬਾਈ, ਠੰਡ ਬਾਹਲੀ ਆ, ਸਰਬਜੀਤ ਬਰਾੜ ਮਾਸਕਟ ਤੋਂ। ਉਹ ਕਹਿੰਦਾ ਵੀ ਟੀਮ ਜਿਹੜੀ ਮਰਜ਼ੀ ਜਿੱਤ ਜੇ 1100 ਆ ਗਿਆ, ਜਿਹੜੀ ਟੀਮ ਜਿੱਤ ਗਈ ਉਹਦੇ ਲਈ 1100, ਸਰਬਜੀਤ ਮਾਸਕਟ ਦੇ ਲਈ ਵੀ ਤਾਲੀ ਮਾਰ ਦਿਓ। ਗੱਗੂ ਵੀ ਮਾਇਆ ਲੈ ਜਾਵੇ, ਗੱਗੂ ਵੱਡੇ ਘਰ ਵਾਲਾ, ਗੱਗੂ ਆਪਣੀ ਮਾਇਆ ਲੈ ਜਾਵੇ ਵੀਰ। ਰਾਜੂ ਵੱਡਾ ਘਰ ਵੀ ਆ ਗਿਆ, ਆਪਣੀ ਮਾਇਆ ਲੈ ਜਾਵੇ, ਬਸ ਅੱਧਾ ਕੰਮ ਹੋ ਗਿਆ। ਹੈਲੋ ਨਿੱਕਾ ਸੋਸ਼ਨ ਦੇ ਮੇਰੇ ਕੈਮਰੇ ਵਾਲਾ ਵੀਰ ਆਵੇ, ਪੀਸੀ ਬੈਂਡ ਦੇ ਕੈਮਰੇ ਵਾਲਾ, ਕਿਹੜਾ ਭਰਾ ਹਜੇ ਜਾਲੀ ਦੇ ਨਾਲ, ਕਿੱਥੇ ਛੋਟਾ ਵੀਰ ਕੈਮਰੇ ਵਾਲਾ, ਜਗਦੀਪ ਸਿੰਘ ਕਾਲਾ ਸਰਪੰਚ ਵਿਸ਼ੇਸ਼ ਤੌਰ ਤੇ ਆਇਆ, ਵੱਡਾ ਧੰਨਵਾਦ ਹੈ ਸਾਡਾ ਵੀਰ ਹੈ। ਨਾ ਮੈਚ ਕਹਿੰਦੇ ਦੂਜੀ ਦਿਨ ਸ਼ੁਰੂ ਹੋਣੀ ਆ ਰਹੀ ਹੈ ਮੇਰੇ ਵੀਰ, ਉਧਰ ਬਈ 1800 ਰੁਪਇਆ ਦੇਖੇ, 1800 ਨਿੱਕੇ ਨਾ ਤੇ 1100 ਰੁਪਏ ਜਿਹੜੇ ਮੁੰਡੇ ਦੇ ਰੇਟ ਵਿੱਚ ਸੀ। ਗੱਗੂ ਕਿੱਥੇ ਵੱਡੇ ਘਰ ਵਾਲੋ ਵੀ ਆ ਰਹੇ ਵੀਰੇ, ਲਾ ਸਾਹਮਣੇ ਤਗੜੇ ਮੈਚ ਦੀ ਸ਼ੁਰੂਆਤ। ਜਿਹੜੇ ਜਿਹੜੇ ਕਹਿੰਦੇ ਆ ਵੀ ਰਸ਼ੀਏ ਦੇ ਟੈਂਕ ਹੁਣ ਚੱਲ ਪਏ ਤੇ ਧਮਾਕਾ ਵੇਖ, ਤਾੜੀ ਮਾਰਦੇ ਫਿਰ ਜ਼ੋਰਦਾਰ, ਆਹ ਸਵਾਦ ਕਹਿੰਦੇ ਪੂਰਾ ਜਿਹੜਾ ਉੱਧਰ ਵੱਡੇ ਘਰ ਵਾਲ ਬਾਹਰਲਿਆਂ ਤੋਂ ਬਿਨਾਂ ਤੇ ਜਿਹੜਾ ਵੀ ਮਰਜ਼ੀ ਪਲੇਅਰ ਤਿੰਨ ਲਗਾਤਾਰ ਛੱਕੇ ਮਾਰੇ ਗਏ ਤੇ ਜਗਦੀਪ ਕਾਲੇ ਸਰਪੰਚ ਵੱਲੋਂ 2100 ਰੁਪਏ ਲਾਵੇਗਾ, ਫਿਰ 2100 ਰੁਪਏ ਲਾਵੇਗਾ। ਮੈਂ ਖੇਡ ਦੇ ਮੈਦਾਨ ਵਿੱਚ ਉਹ ਦੂਜੀ ਦਿਨ ਦੀ ਸ਼ੁਰੂਆਤ ਹੈ, ਸਾਹਮਣੇ ਰਸ਼ੀਅਨ ਟੈਂਕ, ਉਹ ਰਸ਼ੀਅਨ ਟੈਂਕ ਸੁੱਖੀ ਕਮਾਂਡਾਂ ਦੀ ਧਰਤੀ ਦੇ ਮੇਰੇ ਸਾਹਮਣੇ ਪਹਿਲੀ ਵਾਰ ਮੇਰੇ ਵੀਰੇ ਖੇਡ ਦੇ ਮੈਦਾਨ ਵਿੱਚ ਇਹਦੀਆਂ ਸਿਫਤਾਂ ਬਥੇਰੀਆਂ, ਤਕੜਾ ਖਿਡਾਰੀ ਕੋਟ ਸੁਖੀ ਇਹਦਾ ਏਰੀਆ, ਆਹ ਪੁਲਟ ਦਾ ਜੇਤੂ ਕਹਿੰਦੇ ਪਹਿਲੀ ਬਾਲ, ਆਹ ਬੱਲੇ ਸਾਲੀ ਉੱਠੀ ਨਹੀਂ ਉਧਰ, ਆਹ ਮੁੰਡੇ ਨੇ ਤਰਵਿੰਦਰ ਨੂੰ ਕੀਤਾ ਸੀ ਕਿਉਂਕਿ ਵੱਡੇ ਘਰ ਵਾਲਾ ਹੈ ਸਰਦਾਰ ਜਿਹੜਾ 1100 ਦੇ ਨਾਲ ਪਿੰਦਰ ਵੱਲੋਂ ਤਾੜੀਆਂ ਮਾਰਦਾ ਬਈ ਜ਼ੋਰਦਾਰ ਯਾਰ, ਉਧਰ ਬੜੇ ਸਰਦਾਰ ਕੀਤੇ ਜਾ ਰਿਹਾ ਹੈ, ਬਿਗਲ ਵੱਜਿਆ ਖੇਡ ਦੇ ਮੈਦਾਨ ਅੰਦਰ, ਦੋਨਾਂ ਹੀ ਟੀਮਾਂ ਦਾ ਭੇੜ ਵੀ ਆ, ਕੰਬਰ ਲੱਗੀ ਆ ਧਰਤੀ ਦੀ ਫਿੱਕ ਜਾ ਰਹੇ, ਉਹ ਦੂਜਾ ਪਾਉਂਦੇ ਬੱਬਰ
ਉਹ ਭੰਗੜੇ ਆ ਭੰਗੜੇ 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 ਪੈ ਗਏ ਉਹ ਮਾਰਤਾ ਬੂਟਾ ਰਸ਼ੀਆ ਟੈਂਕ ਉਹ ਕਹਿੰਦੇ ਟੈਂਕ ਬੂਟਾ ਮਾਰਤਾ ਉਹ ਕਹਿੰਦੇ ਜਾਣ ਵਾਲੀਆਂ ਨੇ ਉਹ ਜਾਣ ਵਾਲੀਆਂ ਨੇ ਟੈਂਕ ਬੂਟਾ ਕਰਤਾ ਉਹ ਚੱਕ ਲੈ ਤਰਵਿੰਦਰ ਨੇ ਇਹ ਗੋਦੀ ਚੱਕ ਲੈ ਸੁਲੱਖਿਆ ਯਾਰ ਉਹ ਨਾਚਰੀ ਦੇ ਪੈਰ ਸੜ ਗਏ ਉਹ ਭੰਗੜੇ ਦੇ ਪੈਰ ਖਾ ਲਏ ਤੇ ਉੱਧਰ ਕਹਿੰਦੇ 200 ਨਾ ਜਿਹੜਾ ਅੰਬਰ ਨੇ ਵੀ ਆ ਗਿਆ 200 ਅੰਬਰ ਦੇ ਵੀ ਸਾਡੀ ਕਮੇਟੀ ਦੇ ਵੱਲੋਂ ਵੱਡੇ ਬੈਣ ਦੇ ਆ ਕਹਿੰਦੇ ਮੈਂ ਤਾਂ ਸਿਰੇ ਦਾ ਪਰੇਡ ਕਹਿੰਦੇ 100 ਤਰਵਿੰਦਰ ਦੇ ਕੈਚ ਨੇ ਆਇਆ ਤੇ ਵੱਡੇ ਮਾਨ ਕੀਤੇ ਜਾ ਰਹੇ ਹੈ ਪ੍ਰਿੰਸ ਵਾਸੀ ਹੈ ਤੇ ਨਾਲ ਕਹਿੰਦੇ ਅਰਜਨ ਵਾਸੀ ਵਰਗੇ ਬੰਦਾ ਧੰਨਵਾਦ ਹੈ ਉਹ ਸਾਹਮਣੇ ਬਾਲ ਪੈ ਰਹੀ ਹੈ ਖੇਡ ਦੇ ਮੈਦਾਨ ਵਿੱਚ ਉਹ ਆ ਗਿਆ ਮਰਾੜੂ ਪਿੰਡ ਦਾ ਕਹਿੰਦੇ ਜਾਣਾ ਮੇਰੇ ਪੰਜਾਬੀ ਵੀਰ ਵੀ ਵਿੱਚ ਪਿੰਡਾਂ ਦਾ ਹੋਰ ਫੈਸਲੇ ਲਾਗ ਡਾਟ ਤੇ ਚੀਕਾਂ ਦੇ ਬੁੱਤ ਜਿੱਤਾਂ ਦੇ ਸ਼ੌਕੀ ਹੁੰਦੇ ਫੋੜ ਬੁਲਟ ਦੇ ਜੀਪਾਂ ਦੇ ਜਿਹੜੇ ਲੰਡੀ ਦੀ ਤੇ ਮਾਰਸੇ ਦੇ ਵਿੱਚ ਦਿੱਤੀ ਹੈ ਐਨ ਸੱਦਾ ਸਿੰਘ ਵਾਲਾ ਪਿੰਡ ਆ ਮੂਸੇ ਦੇ ਨਾਲ ਤੇ ਮੂਸਾ ਪਿੰਡ ਆ ਸਿੱਧੂ ਦਾ ਜਿਹੜਾ ਕਹਿੰਦਾ ਹੁੰਦਾ ਸਾਡਾ ਚੱਲਦਾ ਧੱਕਾ ਸੀ ਤਾਂ ਕਰਦੇ ਜਿਹੜਾ ਕਹਿੰਦਾ ਹੁੰਦਾ ਵੀ ਸਿਰ ਤੋਂ ਲੰਗਰ ਫਲਾਈ ਕਰਕੇ ਉੱਚੀਆਂ ਨੇ ਕੱਲਾ ਤੇਰਾ ਯਾਰ ਦੀਆਂ ਉਹਦੇ ਏਰੀਏ ਦੇ ਲੰਡੀ ਦੀ ਬਜਿੱਤਿਆ ਤੇ ਬਾਲ ਪਾਉਣ ਵਾਲੀ ਮੁੰਡਾ ਕਹਿੰਦੇ ਫੇਰ ਉਹ ਜਾਣ ਵਾਲੀ ਹੈ ਕਹਿੰਦੇ ਸ਼ੇਖ ਧੂਪਰ ਨੂੰ ਇੱਕ ਬਹੁਤ ਮੋਟਰਸਾਈਕਲ ਦਿੱਤਾ ਮੇਰੇ ਵੀਰੋ ਤੇ ਚਰਚੇ ਦੇ ਆਹ ਬਾਲ ਪਾਉਣ ਵੀ ਫੇਰ ਉਹ ਜਾਣ ਵਾਲੀ ਹੈ ਕਹਿੰਦੇ ਅੰਬਰ ਖੇਡ ਦੇ ਮੈਦਾਨ ਵਿੱਚ ਤੇ ਸਾਹਮਣੇ ਜਾਣਾ ਉਹ ਮਰਾੜੂ ਪਿੰਡ ਦਾ ਉਹ ਖੇਡ ਦੇ ਮੈਦਾਨ ਵਿੱਚ ਤਿਆਰ ਹੈ ਆਹ ਜੋੜਿਆ ਉਹ ਜੀਤ ਦਿਲਾਨੋ ਕੱਢਣੀ ਪੈਣੀ ਹੈ ਉਹ ਜੋੜਿਆ ਤਰਵਿੰਦਰ ਕੇ
ਕਹਿੰਦੇ ਫੇਰ ਆ ਗਿਆ ਤੇ ਸਾਹਮਣੇ ਰਾਜੂ ਹੈ ਉਹਨਾਂ ਕਹਿੰਦੇ ਬੰਦੇ ਘਰ ਦੀ ਧਰਤੀ ਦਾ ਇਹ ਉਹ ਕਹਿੰਦੇ ਜੇ ਰਾਜੂ ਛੱਕਾ ਮਾਰੇਗਾ ਹਰ ਇੱਕ ਛੱਕਾ ਕਮੇਟੀ ਵੱਲੋਂ 500 ਦਾ ਹਰ ਇੱਕ ਛੱਕਾ ਉਹ ਪੈ ਗਈ ਬਾਲ ਪਰ ਉਹਨੇ ਜੋੜੇ ਨੂੰ ਮੂਹਰੇ ਕਰਤਾ ਜੋੜੇ ਜਰਨਲੀਆਂ ਦੇ ਦੋਵੇਂ ਕੰਟਰੀਆਂ ਦੇ 50 ਡਾਲਰ ਦਿੱਤੇ ਜਾ ਰਹੇ ਹੈ ਤੇ ਕਮੇਟੀ ਵੱਲੋਂ 3 ਛੱਕੇ ਜੋੜੇ ਦੇ 1100 ਦੇ ਦਿਲਪ੍ਰੀਤ ਆਸਟ੍ਰੇਲੀਆ ਉਹ ਭਰਾ ਵੀ ਕਿਹੜੇ ਲਾਈਵ ਤੱਕ ਰਹੇ ਹੈ ਜਿਉੜਿਆ ਜੀਤ ਦਲਾਨੇ ਕੱਢਣੀ ਪੈਣੀ ਹੈ ਪਰ ਸਾਹਮਣੇ ਸਰਦਾਰ ਮਨਮੋਹਨ ਸਿੰਘ ਜੀ ਸਰਾ ਪਰਮਵੀਰ ਦੇ ਫਾਦਰ ਸਾਹਿਬ ਉਹ ਕਹਿੰਦੇ ਜੋ ਕੁਲਵਿੰਦਰ ਜਿਉੜੇ ਨੂੰ ਆਊਟ ਕਰ ਰਿਹਾ ਹੈ ਤੇ 1100 ਦਿੱਤਾ ਜਾਵੇਗਾ ਜੋਰ ਕਰ ਧਾਰੀਆਂ ਮਾਰਦੇ ਵੱਡੇ ਬਾਹਰ ਫਿਆ ਬਾਈ ਆਊਟ ਕਰਕੇ ਫਲੈਗ ਕਿਸ ਕਰਨੀ ਪੈਣੀ ਹੈ ਆਊਟ ਕਰਕੇ ਤੁਲਵਿੰਦਰਾ ਫਿਰ 1100 ਦੇਣਾ ਐਨੀ ਬਾਤੇ ਕਾਕੇ ਕਰ ਗੱਲ ਲਓ ਸਾਹਮਣੇ ਸਾਹਮਣੇ ਆਓ ਭੱਲੇ 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 ਜਿਉੜਾ ਬਰਾੜੂ ਦਾ ਜਿਉੜਾ ਬਰਾੜੂ ਵਾਲਾ ਫਤਿਹਗੜ੍ਹੀ ਆ ਇਹ ਖੰਨੇ ਦਾ ਖੰਨੇ ਰਹਿ ਰਹੀ ਹੈ ਮੁੰਡੇ ਦਾ ਇਹ ਸਾਡਾ ਏਰੀਆ ਇਹ ਖੰਨਾ ਆਓ ਬੰਦਾ ਕਰ ਦਈਏ ਅੰਨਾ ਇਹ ਗਾਂਧੀ ਦੇ ਇਲਾਕੇ ਰਹਿ ਇਹ ਤੇ ਕੰਮ ਨਿਬੇੜ ਕੇ ਜਾਊ ਇਹ ਤੇ ਕੰਮ ਉਹ ਤਖਤੂਪੁਰੀਆ ਨਿਬੇੜ ਕੇ ਜਾਊ ਬਲਕਾਰ ਵੀ ਵੇਖ ਲੈ ਪੁਰਾਣੀ 3 ਫੁੱਟ ਥੱਲੇ ਬਾਦੀ ਮਾਣੇ ਪੁੱਤਰੇ ਜ਼ੋਰ ਲਾਈ ਜਾਂਦਾ ਬੈਠਾ ਵੀ ਵੱਡਾ ਘਰ ਜਿੱਤ ਜੇ ਅਗਲਾ ਛੱਕਾ ਆਤਮਾ ਸਿੰਘ ਜੀ ਤੇ ਬਲੌਰ ਸਿੰਘ ਜੀ ਆਇਆ ਵਿੱਕੀ ਦੇ ਨਾਲ ਸਾਡੇ ਪ੍ਰਿੰਸ ਦੇ ਫਾਦਰ ਸਾਹਿਬ ਨੇ ਜੇ ਜਿਉੜਾ ਤੁਲਵਿੰਦਰ ਨੂੰ ਛੱਕਾ ਮਾਰ ਕੇ ਫਲੈਗ ਕਿਸ ਕਰਦਾ ਤੇ 1100 ਦਿੱਤਾ ਜਾਏਗਾ ਆਤਮਾ ਸਿੰਘ ਜੀ ਆਏ ਹੈ ਪੈਸੇ ਦੇ ਬਹੁਤ ਲੱਗੇ ਪਰ ਫਲੈਗ ਕਿਸਾਂ ਦੇ ਪੈਸੇ ਇਹਨੇ ਪਹਿਲੀ ਵਾਰ ਲੱਗਦੇ ਵੇਖੇ ਹੈ ਅਗਲੀ ਬਾਲ ਉਹ ਭੱਲੇ 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 ਤਲਵਿੰਦਰ ਜੋੜੇ ਨੂੰ ਆਉਟ ਕਰਕੇ ਥਾਪੀ ਮਾਰ ਗਿਆ ਤੇ ਬੂਟਾ ਸਿੰਘ ਜੀ ਵੱਲੋਂ 500 ਦਿੱਤਾ ਜਾਵੇਗਾ ਆਹ ਭੱਲੇ 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 ਪਰ ਜੋੜਾ ਤੇ ਜੋੜਾ ਹੀ ਹੈ ਆਹ ਜੋੜਾ ਤੇ ਪ੍ਰਬੰਧ ਵਧੀਆ ਹੈ ਜੇ ਪ੍ਰਬੰਧਕ ਸਾਡੀ ਕਮੇਟੀ ਵਾਲੇ ਵੀਰ ਵਧੀਆ ਹੈ ਜੇ ਟੂਰਨਾਮੈਂਟ ਵਧੀਆ ਲੱਗਿਆ ਤੇ ਟੀਮਾਂ ਵਧੀਆ ਲੱਗੀਆਂ ਤੇ ਮੈਚ ਵਧੀਆ ਲੱਗਿਆ ਤੇ ਤਾੜੀ ਜ਼ੋਰਦਾਰ ਸਾਰੀ ਸੰਗਤ ਮਾਰੇਗੀ ਖੁੱਲ ਕੇ ਇੱਕ ਜ਼ੋਰਦਾਰ ਤਾੜੀ ਇਹ ਮਾਰੋ ਵੀ ਦੋਨੇ ਪਾਸੇ ਇੱਕੋ ਜਿਹੇ ਪੈਸੇ ਲਾਏ ਮੁੰਡੇ ਨੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਰੱਖਿਆ ਤੇ ਬੱਲੇ ਬੱਲੇ ਕਰਵਾ ਦੀ ਹੈ ਲੈਵਲ ਸਕੋਰ ਸੀ ਬਾਈ ਸੀਰੇ ਪੁੱਛਣਾ ਹੈ ਸੀਰੇ ਰਣ ਪੁੱਛਣਾ ਵੀਰੇ ਰਣ ਦੱਸੋ ਜੀ ਦਸ 19 ਸਕੋਰ ਹੋ ਗਏ 19 ਸਕੋਰ ਹੋ ਗਿਆ ਉਧਰ ਜੇ ਰਾਜੂ ਛੱਕਾ ਮਾਰ ਕੇ ਫਲੈਂਕਸ ਕਰੇਗਾ ਤੇ ਸਰਬੀਤ ਮਾਸਕਟ ਵੱਲੋਂ 1100 ਦਿੱਤਾ ਜਾਵੇਗਾ ਉਧਰ ਲਵਲੀ ਤੋਜਣਾ ਵਾਲਾ ਵੀ ਆ ਗਿਆ ਕਹਿੰਦਾ ਇੱਥੇ ਜ਼ੋਰ ਵਾਹਲਾ ਲੱਗਦਾ ਹੈ ਉੱਥੇ ਭਾਵੇਂ ਘੱਟ ਲੱਗਦਾ ਸੀ ਪਰ ਆਓ ਦੇਖਾਂਗੇ ਖੇਡ ਦੇ ਮੈਦਾਨ ਵਿੱਚ ਅਗਲੇ ਓਵਰ ਦੀ ਸ਼ੁਰੂਆਤ ਆਓ ਜਿਉਣ ਵਾਲੀਓ ਫੇਰ ਆ ਗਿਆ ਆਓ ਜਿਉਣ ਆ ਗਿਆ ਭਾਈ ਰੂਪੇ ਵਾਲਾ ਫੇਰ ਆ ਗਿਆ ਆਓ ਸਾਹਮਣੇ ਜਿਉਣ ਵਾਲੀਆਂ ਉਧਰ ਚੀਮੇ ਜ਼ੋਰ ਵਾਲੇ ਭਰਾਵਾਂ ਨੇ ਵੀ ਅੱਜ ਜਿਹੜੇ ਵੱਟ ਕਰ ਦਿੱਤੇ ਆ ਕੇਂਦਰ ਪ੍ਰਧਾਨ ਨਾਲ ਸੋਨੀ ਪੱਤਰਕਾਰ ਕਾਕਾ ਕਨੇਡਾ ਵਾਲਾ ਨਾਲ ਬੱਲੀ ਆਸਟ੍ਰੇਲੀਆ ਤੇ ਨਾਲ ਨਵੀਂ ਕਨੇਡਾ ਤੇ ਰੁਪਿੰਦਰ ਸਰਪੰਚ ਭਾਰ ਪੈਲਸ ਵਾਲੇ ਐਨ ਵੱਡੇ ਬਾਲ ਜਿਹੜੇ ਕੀਤੇ ਮੁੰਡੇ ਨੇ ਉਧਰ ਸੁੱਖਾ ਵਾਸੀ ਦੇ ਜੱਗੀ ਵੱਲੋਂ ਵੀ ਜੇ ਰਾਜੂ ਫਲੈਂਕਸ ਕਰਦਾ ਉਹਦੇ ਵੱਲੋਂ ਵੀ 1100 ਦੇ 2200 ਹੋ ਗਿਆ ਫਲੈਂਕਸ ਦਾ 2200 ਹੋ ਗਿਆ ਤੇ ਉਧਰ ਪਰਮਵੀਰ ਕਹਿੰਦਾ ਹੈਪੀ ਖੋਖਰ ਅੱਖ ਨਹੀਂ ਬੁਲਾਉਂਦਾ ਹੈਪੀ ਖੋਖਰ ਅੱਖ ਨਹੀਂ ਬੁਲਾਉਂਦਾ ਐਨ ਉਹਦੇ ਹੱਥ ਬੰਨੀ ਜਾਂਦਾ ਪਤਾ ਨੀ ਕੀ ਕਹਿੰਦਾ ਇਹਨਾਂ ਨੇ ਪਤਾ ਨੀ ਕੀ ਕਹਿੰਦਾ ਲਓ ਸਾਹਮਣੇ 19 ਬਣ ਗਏ ਛੱਕੇ ਕਹਿੰਦੇ 9 ਰਹਿ ਗਏ ਛੱਕੇ ਕਹਿੰਦੇ ਉਹ 9 ਸਾਢੇ ਕੁ 9 ਛੱਕੇ ਬਾਕੀ ਹੈ ਨਾਲ ਫੇਰ ਉਹ ਭੱਲੇ 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 ਇੱਕ ਪਾਸੇ ਉਸਤਾਦ
दूजे पासे चेला वाला मार रहा है आ मुंडे कहते अपने समय के जेडे स्टार ने पर जोड़िया ना पछके मराड़ू ला रहा है जे मारते ना तो सारा पिंड ग्राउंड च आऊगा तेन मोडे के चाके लेके रहे एक गल पत्ती है भंगड़े भंगड़े रिंकू पहन गए जरूर खेड़े वाले उधर बाई कहते बाल अच लेके फूटे बज गई 1100 दिता जाना है पता नहीं कुछ रुफे फिरते हैं हर एक दी 1100 ला देंगे हैं बल्ले बल्ले हो रही है बार बाल अंबर फेर समय जाना बल्ले 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 सोनी बाल मुंडे भाती रन एक ने हो गया क्या करी गल लाओ सामने मेरे वीर रांझे का कहते जोर दिता मुंडे ने उधर बराड़ भरावान बासी भरावान का बड़ा धन्यवाद है सारे भरावान ने बड़े जड़े मान वो खिलाड़ियों ने कमेंटेटर ने जो किए हैं लाए वाले ने अपनेदार ने बड़े मान जो किए जा रहे भरावान ने बोलियो अमर ते राजू राजू ते वाह वे जोड़ वाली है राजू भी कह रहे अब तोड़ देता बंदे ने राजू तोड़ देता ते गग्गू आ गया है हाँ गग्गू कहते अगला बल्लेबाज आ गया है फिर रे मैदान में जो ते नाल ही लेवन कहते रूपा हेड़ी दा और परमीर कहता मेरी स्कंज भी है ते ओरा बड़ा सम्मान अगले साल जरा ऐसे टूर्नामेंट ते एक बड़ा सम्मान कीता जाएगा तारियों मारो बॉलर और सामने कहते पर जान वाली है ते गग्गू कहते आ गया है मुन्ना भट्टे का दी धरती का खेल रे मैदान में जो ते मैच कहते तिकड़ा कीता जा रहा है और चोटी का मैच है मेरे की खेल रे मैदान में जो फाइनल खेला जा रहा है अगली बार और अंबर कितने जान वाले पेड़ का ते सामने ओ गग्गू भाई रुपए वाले लाओ सामने मेरे वीर ओ मुंडा के ने समुद्र दे काट रहा है एर प्यार है लाओ सामने बाल पाउंडी के ने फेर अमृत पाल रुपाने परिवार का पाउंडी के ने मेरे वीर आओ पले पैगी बाल ते दुबारी खेल खेली जा रही है और पता भी खारा बाल होर बैठ गया क्योंकि निके ने भी मगर लगे थारा दे इंजन बने जगी ते सुखा वासी उधर जगी के ना धरतू पर सीरे रहते हैं दोनों बना रहे हैं जो सरदार अगले साल बड़ा किते जाएगा भरावे बोलिए बड़ा धन्यवाद बाबा नानक चढ़ती कला में रखे सारे भरावान उधर लाओ तगड़ी बाल खेल रहे मैदान में ते नाल ही उधर कमेटी कह रही है भी साडा पसंदीदा प्लेयर है जोता भगेले वाला ते ओदा बहुत बहुत धन्यवाद है कमेटी वालों जिहड़ा साडे मेले ते सुबह जो रह के हाजरी भर रहा है पर बाल पाउंडी फिर ओ जोर वाली है कहते अंबर ते आ रहा है ते सामने जाना ओ जाना फ्लाई किस करनी पै रही है पर उधर देखेंगे बल्ला नहीं लगन दिंदा ओ बल्ला भाई नूं कहना लगन नहीं दिंदा वाह वाह उधर परमीर कहते शांति होंगे ना अज ते फिर गल्लां होर ही होणियां सी क्योंकि परमवीर दा चहेता खिलाड़ी है ते धरती आ शांति नाल जा रही है करणवीर दे नाल ते भरावां वाला प्यार है और पसंदीदा प्लेयर कहते वड्डे घर वालां दा जगेले वालियां जोता है ते इन मुंडिया ने बल्ले बल्ले करवा दिया सिरे दा मेला तीन ओवर किन्ने बन गए भाई तीन ओवर गगी ਬਾਈ ਬਣ ਗਏ ਬਾਈ ਬਣ ਗਏ ਤਿੰਨ ਨੰਬਰ ਤੇ ਬਾਈ ਬਣ ਗਏ ਬਾਈ ਕਹਿੰਦੇ ਤਿੰਨ ਨੰਬਰ ਬਾਈ ਬਣ ਗਏ ਤੇ ਪਿੱਛੇ ਮੈਨੂੰ ਲੱਗਦਾ ਵੀ ਇਹ 56 ਕਰੇਗੇ 18 ਬਲ ਉਹਨਾਂ ਨੇ ਵੀ ਇਹਨੇ ਮਗਰੋਂ ਹੀ ਬਣਾਇਆ ਹੈ ਤੇਰੇ ਹੋਰ ਹੋਰ ਕੰਮ ਚੱਲ ਪਏ ਨਾ ਤੇ ਸਵਾਰ ਪੂਰੇ ਹੋਣਾ ਤਰਵਿੰਦਰ ਦਾ ਵੀ ਜੋਰ ਪੂਰਾ ਲੱਗਿਆ ਹੋਇਆ ਹੈ ਤਾਂ ਸਤਵਿੰਦਰ ਬਾਲ ਪਾਉਣ ਦੀ ਕਹਿੰਦੇ ਨਿੱਕਾ ਤਿਆਰ ਹੈ ਉਧਰ ਕਾਕਾ ਕਹਿੰਦਾ 56 ਰਹਿ ਗਏ ਪਰ ਪਰਮੀਰ ਕਹਿੰਦਾ ਐ ਵੀ ਸਵਾਲ ਆਉਂਦਾ ਤੂੰ ਛੱਕੇ ਦੱਸ ਵੀ 9 ਰਹਿ ਗਏ ਛੱਕੇ 18 ਬਲ ਨਾ ਛੱਕੇ 18 ਬਲ ਆਉ ਦੁਨੀਆ ਸਵਾਦ ਦੀ ਭੁੱਖੀ ਆ ਤਖਤੂ ਬਰੀਆ ਐ ਸਵਾਦ ਸਵਾਦ ਵਜਾ ਹੋਇਆ ਮੇਲੇ ਦਾ ਵੀਰੇ ਜਲਦੀ ਨਾਲ ਲਓ ਸਾਹਮਣੇ ਐਰ ਨਿੱਕਾ 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 ਤੇ ਗੱਗੂ ਤੇ ਨਿੱਕਾ ਮੈਂ ਤਗੜਾ ਹੈ ਉਧਰ ਐਰ ਕਹਿੰਦੇ ਮੈਚ ਵੀ ਤਗੜਾ ਖੇਡਿਆ ਜਾ ਰਿਹਾ ਹੈ ਤੇ ਨਿੱਕਾ ਇੱਧਰ ਵੀ ਸੈੱਟ ਹੋਇਆ ਖੜਾ ਹੈ ਆ ਬਾਲ ਭੈਰੀ ਹੈ ਤੇ ਉਧਰ ਲਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਇਹ ਮੁੰਡਾ ਜਾਦੂਗਰੀਆ ਕਰਦਾ ਹੈ ਔਰ ਨਿੱਕਾ ਕਹਿੰਦੇ ਕਲੋਲਾ ਕਰਦਾ ਫਿਰ ਰਹਿਣ ਨਿੱਕੇ ਤੈਨੂੰ ਬਾਹਲਾ ਤੰਗ ਕੀਤਾ ਉਹ ਮੁੰਡੇ ਨੇ
ਜਿਹੜਾ ਸਾਹਮਣੇ ਆ ਨਾ ਇਹਨੇ ਬਹੁਤ ਤੰਗ ਕੀਤਾ ਨਿੱਕੇ ਨੂੰ, ਇਹਨੇ ਵੀ ਲੱਗਣ ਨਹੀਂ ਦਿੱਤੀ ਪਰ ਉਹਨੂੰ ਨੌ ਛੱਡੇ ਅਠਾਰਾਂ ਵੱਲ ਆਹ ਨਿੱਕਾ ਤੇ ਗੱਗੂ ਗੱਗੂ ਤੇ ਆਹ ਨਿੱਕਾ ਤੇ ਸਾਹਮਣੇ ਆ ਗਿਆ ਆ ਗਿਆ ਆ ਗਿਆ ਜਮਣਾ ਆ ਗਿਆ ਸਾਹਮਣੇ ਆਹ ਜਮਣਾ ਆ ਗਿਆ ਫਿਰ ਨਿੱਕਾ ਕਹਿੰਦਾ ਵੀ ਨਿੱਕੇ ਨੇ ਵੀ ਛੱਕੇ ਮਾਰ ਮਾਰ ਫਲਾਇੰਗ ਕਿਸਾਂ ਕੀਤੀਆਂ ਪਰ ਜੇ ਜਿਉਣਿਆ ਹੁਣ ਤੂੰ ਕਰੇ ਤੇਰੇ ਲਈ ਵੀ $50 ਨਿੱਕੇ ਵੱਲੋਂ ਦਿੱਤੇ ਜਾ ਰਹੇ ਹੈ ਜੇ ਛੱਕਾ ਮਾਰ ਕੇ ਫਲਾਇੰਗ ਕਿਸ ਕਰੇ ਭਾਈ ਇੱਕ ਤਾੜੀ ਨਿੱਕੇ ਦੇ ਨਾਂ ਦੇ ਦਾ ਫਿਰ ਸਾਡਾ ਬਰਾੜ ਐਨ ਭਰਾ ਹੈ ਸਾਡਾ ਤੇ ਐਨ ਮਾਇਆ ਦੇ ਗੱਫੇ ਤੇ ਮੁੰਡੇ ਦੇ ਖੁੱਲੇ ਮਾਇਆ ਲਾਈ ਹੈ ਆਹ ਸਾਹਮਣੇ ਵੇਖਾਂਗੇ ਨਿੱਕਾ ਤੇ ਜਿਉਣਾ ਝਿਉਣਾ ਤੇ ਨਿੱਕਾ ਐਨ ਖੜਕਾ ਲੜਕਾ ਮੈਚ ਦਾ ਜੇ ਛੱਕਾ ਮਾਰ ਕੇ ਫਲਾਇੰਗ ਕਿਸ ਕਰਤੀ ਜੋੜੇ ਨੇ $50 ਦਿੱਤੇ ਜਾ ਰਹੇ ਹੈ $50 ਉਹ $50 ਨਿੱਕਾ ਤੇ ਕਹਿੰਦੇ ਜੋੜੋ ਮਰਾੜੂ ਵਾਲਾ ਆਹ ਕਹਿੰਦੇ ਤਿਆਰ ਆਹ ਬੱਲੇ 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 ਫਲਾਇੰਗ ਫਲਾਇੰਗ ਕਿਸ ਫਲਾਇੰਗ ਕਿਸ ਉਹ ਕਹਿੰਦਾ ਮੈਂ ਨੀ ਕਰਨੀ ਉਹ ਕਹਿੰਦਾ ਮੈਂ ਛੱਤੇ ਮਾਰ ਰਹੇ ਜਿਹੜਾ ਮਰਾੜੂ ਵਾਲਾ ਬੇਰੇ ਹੋਇਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸਾ ਨੀ ਨਾ ਹੁੰਦਾ ਫਲਾਇੰਗ ਕਿਸ ਕਰੂ ਤੇ ਫੇਰ $50 ਮਿਲਣੀ ਹੈ ਪਰ ਜਿਉਣਾ ਸਿਰ ਮਾਰ ਗਿਆ ਕਹਿੰਦਾ ਨਹੀਂ ਇਹਨਾਂ ਦਾ ਪਿਆਰ ਵਾਲਾ ਹੈ ਇਹਨਾਂ ਦਾ ਪਿਆਰ ਵਾਲਾ ਹੈ ਇਹ ਖੜਕੇ ਲੜਕੇ ਹੈ ਵਾਕਈ ਪਰਮੀਰ ਕਹਿੰਦਾ ਜੇ ਸੁਖੀ ਗਮਾਮ ਹੁੰਦਾ ਨਾ ਇੱਥੇ ਇਹ ਦੋਨੇ ਕੁਛ ਕਰ ਦੇਣੀ ਛੱਕਾ ਮਾਰ ਕੇ ਥਾਪੀ ਮਾਰਿਆ ਕਰਨੀ ਸੀ ਤੇ ਨਾਲੇ ਫਲਾਇੰਗ ਕਿਸ ਪਰ ਕਹਿੰਦੇ ਮਿਸ ਕਰ ਰਿਹਾ ਸੁਖੀ ਨੂੰ ਪਰ ਮੈਂ ਤਕੜਾ ਖੇਡਾ ਜਾ ਰਿਹਾ ਔਰ ਨਿੱਕਾ ਬਾਲ ਬੋਲ ਕੇ ਵੀ ਫੇਰ ਇਹ ਸਾਹਮਣੇ ਮਰਾੜੂ ਵਾਲਾ ਹੁੰਡਾ ਫਤਿਹਗੜ੍ਹ ਸਾਹਿਬ ਦੇ ਏਰੀਏ ਦਾ ਉਹ ਬੱਲੇ 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 ਰਨ ਜਿਹੜੇ ਦੋ ਖੇਡ ਦੇ ਮੈਦਾਨ ਵਿੱਚ ਹੋਰ ਜੁੜ ਗਏ ਹੈ ਆਹ ਦੋ ਰਨ ਦਾ ਵਾਧਾ ਜਿਹੜਾ ਹੋਰ ਖੇਡ ਦੇ ਮੈਦਾਨ ਵਿੱਚ ਹੋ ਗਿਆ ਤੇ ਮੈਂ ਤਕੜਾ ਮੈਂ ਵੀ ਕਾਕਿਆ ਤੈਨੂੰ ਪਿੰਦਰ ਸਰਪੰਚ ਉਡੀਕਦਾ ਉਹਦੇ ਕੋਲੇ ਜੇ ਜਾਵੜਾ ਉਹ ਕਹਿੰਦਾ ਜੀ ਨੀ ਲਾਉਂਦਾ ਕਾਕੇ ਮੇਰਾ ਤੇ ਕੁਹੜੇ ਆ ਜੇ ਮੇਰੇ ਆਹ ਸਾਹਮਣੇ ਗਈ ਬਾਲ ਖੇਡ ਦੇ ਮੈਦਾਨ ਵਿੱਚ ਨਿੱਕਾ ਕਹਿੰਦਾ ਸੋਸਲ ਪਿੰਡ ਦਾ ਆਹ ਬਾਲ ਪਾਉਣ ਦੇ ਲਈ ਤਿਆਰ ਹੈ ਤੇ ਮੈਂ ਤੇ ਕਹਿੰਦੇ ਤਕੜਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਵਿੱਚ ਆਹ ਜਿਉਰਾ ਕਹਿੰਦੇ ਬਾਲਾਂ ਚੈੱਕ ਕਰੀ ਜਾਂਦਾ ਵੀ ਆ ਜਾ ਉਹ ਨਿੱਕਿਆ ਆ ਜਾ ਉਹ ਨਿੱਕਿਆ ਬਾਜਰਾ ਮਲਿਆ ਪਿਆ ਬਾਜਰਾ ਉਧਰ ਬਾਜਰਾ ਲੱਗੇ ਵਾਲਾ ਸੀਨ ਮੁੰਡਾ ਆਇਆ ਜਿਹਨੇ ਕਰਤੱਬ ਕਰਨ ਉਹਨਾਂ ਦੀ ਮਾਣ ਅਦਾ ਕਰਾਂਗੇ ਜੋ ਬੱਬਰ ਸੀਰੇ ਲੰਘਣ ਵਾਲੇ ਮੁੰਡੇ ਦਾ ਲਓ ਸਾਹਮਣੇ ਮੇਰੇ ਵੀਰ ਜਿਹੜਾ ਮਰਾੜੂ ਦਾ ਐਨ ਤਿਆਰ ਦਾ ਤਿਆਰ ਹੈ ਲਓ ਸਾਹਮਣੇ ਵੀ ਬਾਲ ਫੇਰ ਉਧਰ ਨਿੱਕੇ ਦੀ ਤੇ ਸਾਹਮਣਾ ਕਰਨ ਦੇ ਲਈ ਜਿਉਣਾ ਤਿਆਰ ਹੈ ਮੈਂ ਤੇ ਸਰੀਰ ਦਾ ਖੇਡਿਆ ਜਾ ਰਿਹਾ ਉਧਰ ਮੈਂ ਵੀ ਕਾਕੇ ਕਰ ਗੱਲ ਸਰਕਾਰ ਲਕਸ਼ਮਣ ਸਿੰਘ ਦੀ ਚੇਅਰਮੈਨ ਚੀਮਾ ਯੋਰਪੁਰ ਟੂਰਨਾਮੈਂਟ ਕਮੇਟੀ ਦੇ ਧਿਆਨ ਤੇ ਸਮੁੱਚੀ ਚੀਮਾ ਯੋਰਪੁਰ ਕਮੇਟੀ ਵੱਲੋਂ ਜੋ ਜਿਉਣਾ ਮਰਾੜੂ ਵਾਲਾ ਮੈਚ ਜਿਤਾਵੇਗਾ ਤੇ 5100 ਦੀ ਨਗਦ ਰਾਸ਼ੀ ਲੈ ਕੇ ਵੱਡੇ ਵਾਲ ਕੀਤੇ ਜਾਣਗੇ ਮਾਸਟਰ ਲਕਸ਼ਮਣ ਸਿੰਘ ਦੀ ਗਿੱਲ ਚੇਅਰਮੈਨ ਟੂਰਨਾਮੈਂਟ ਪ੍ਰਬੰਧਕ ਕਮੇਟੀ ਯੋਰਪੁਰ ਚੀਮਾ ਤੇ ਰਣ ਪਿੰਦਰ ਦੇ ਨਾਲ ਸਾਰੇ ਭਰਾਵਾਂ ਤੋਂ ਲਿਓ 5100 ਰੁਪਇਆ ਜਿਉਣੇ ਲਈ ਹੋਵੇਗਾ ਜਿਉਣਾ ਮੈਚ ਜਿਤਾਵੇਗਾ ਲਓ ਸਾਹਮਣੇ ਬਾਲ ਪਾਉਣ ਦੀ ਬੰਦਾ ਤਿਆਰ ਤੇ ਪਹਿਤੂ ਪੁਰੀਆ ਕਰ ਵੀ ਗੱਲ ਲਓ ਸਾਹਮਣੇ ਮੈਚ ਕਿਵੇਂ ਤਕੜਾ ਖੇਡਿਆ ਜਾ ਰਿਹਾ ਹੈ ਪਰ ਪਰਮੀਰ ਕਹਿੰਦਾ ਪੂਰਾ ਕਰਨਾ ਕੰਮ ਉਧਰ ਜਿਉਣਾ ਕਹਿੰਦਾ ਵੀ ਚਾਹ ਦੇ ਬਿਸਕੁਟ ਤਿਆਰ ਪਏ ਹੈ ਤੇ ਦਿੰਦੇ ਆ ਬਾਜਰਾ ਮਲ ਕੇ ਮਾਸੀ ਦਾ ਪੁੱਤਾ ਦਿੰਦੇ ਆ ਬਾਜਰਾ ਮਲ ਕੇ ਆਖਿਰ ਕਹਿੰਦੇ ਆਹ ਮੈਚ ਤਕੜਾ ਖੇਡਿਆ ਜਾ ਰਿਹਾ ਹੈ ਕਮੇਟੀ ਵਾਲੇ ਪੂਰੇ ਖੁਸ਼ ਹੈ ਵੀ ਮੇਲਾ ਉਹ ਸਿਰੇ ਦਾ ਹੋ ਗਿਆ ਮੇਲਾ ਸਿਰੇ ਦਾ ਹੋ ਗਿਆ ਅਗਲੀ ਵਾਰ ਫੇਰ ਉਹ ਨਿੱਕਾ ਤਿਆਰ ਹੈ ਤੇ ਸਾਹਮਣੇ ਜਾਣਾ ਮੈਂ ਤਕੜਾ ਖੇਡ ਕਰ ਰਿਹਾ ਤੇ ਪਾਸੇ ਕਰ ਲਾ ਲੰਡੇ ਆ ਰਿਹਾ ਪਾਸੇ ਕਰ ਲਾ ਹਲੇ ਤੇ ਹਲੇ ਤੇਰ ਖੜਕੇ ਲੜਕੇ ਹੈ ਉਹ ਬਿਨਾ ਚੁੱਲ੍ਹੇ ਤੋਂ ਅੱਗ ਨਿਕਲ ਰਹੀ ਹੈ ਬਿਨਾ ਢੋਲ ਤੋਂ ਭੰਗੜੇ ਪੈ ਰਹੇ ਹੈ ਵੀ ਪੈਂਦੇ ਬਿਨਾ ਢੋਲ ਤੋਂ ਭੰਗੜੇ ਉਹ ਬੱਲੇ 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 ਉਹ ਬੱਲੇ ਉਹ ਤੋਰ ਤਾਂ ਜਾਣਾ ਉਹ ਤੋਰ ਤਾਂ ਜਾਣਾ ਚੀਮਾ ਨੇ ਚੀਮਾ ਨੇ ਤੇ ਬੱਲੇ ਬੱਲੇ ਜੋ ਤੇਰੀ 200 ਰੁਪਏ
ਜੋਤੇ ਨਹੀਂ ਆ ਗਿਆ, ਜੋਤੇ ਨੇ 200 ਰੁਪਈਆ ਕੇਂਦਰ ਪ੍ਰਧਾਨ ਉਧਰ ਮਣੀ ਨੇ ਦਾਲੀ ਬਾਲਟੀ ਲੜੀ, ਵੱਡਾ ਧੰਨਵਾਦ ਹੈ ਮਣੀ ਦਾ, ਗਰੀਬਾਂ ਦਾ ਮਸੀਹਾ ਹੈ, ਨਹੀਂ ਲੈਂਦੀ ਮੇਰਾ ਮੁੰਡਾ ਲੰਡੇ ਤੋਂ ਆਇਆ ਸਰਦਾਰ ਕਰਨਾ ਬਾਈ ਨੇ, ਦੋ ਬੰਦੇ ਬਹਿ ਦੇ ਉੱਤੇ ਪਰਮੀਰ ਬਖੇੜੀ ਲਵਾ ਕੇ ਪੈਸੇ ਦੇ ਕਰਦੇ ਬਸ ਪਰਮੀਰ ਮੁੰਡੇ ਨੂੰ ਕੋਈ ਨੀ ਰਹਿਣ ਦੇ ਸਰਦਾਰ ਕਰਨਾ ਯਾਰ, ਉਹ ਵੀ ਲਾਣਾ ਕਿਹੜਾ ਕੋਈ ਚੱਕਰ ਨੀ ਯਾਰ, ਉਹੀ ਕਰਦੇ ਮਾਨਸਰ ਮਾਨ ਬਾਈ ਦਾ ਕੋਈ ਗੱਲ ਨੀ, ਜਦੋਂ ਮੈਂ ਥੋੜੇ ਯਾਰ ਪ੍ਰੈਸ ਪ੍ਰੈਸ ਉਹ ਵੀ ਮਾਨ ਕਰਦੇ ਉਹਦਾ ਕੋਈ ਗੱਲ ਨੀ ਯਾਰ, ਉਧਰ ਸਰਬਜੀਤ ਮਾਸਕਟ ਵੱਲੋਂ ਵੱਡੇ ਮਾਣ ਆਇਆ ਬੋਲਾਂ ਦੇ ਵੱਡਾ ਧੰਨਵਾਦ ਕਰਦੇ ਆ ਸਰਬਜੀਤ ਮਾਸਕਟ ਜੀ, ਪੰਜਾਬੀ ਬੋਲਣ ਦਾ ਵੱਡਾ ਮਾਣ ਕਰਦੇ ਆ, ਬਹੁਤ ਬਹੁਤ ਧੰਨਵਾਦ, ਲਓ ਸਾਹਮਣੇ ਬੱਲੇ 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 ਆ ਬੱਲੇ ਬੱਲੇ ਬੱਲੇ, ਇੱਕ ਹੋਰ ਜਿਹੜਾ ਆਊਟ ਹੈ, ਇੱਕ ਹੋਰ ਆਊਟ ਹੋ ਕੇ ਵਾਪਸ ਹੈ, ਉਧਰ ਜਿੰਨੇ ਵੀ ਛੱਕੇ ਲਾਉਣਗੇ ਵੱਡੇ ਘਰਾਣੇ ਧਾਲੀਵਾਲ ਪਗੜ ਜ਼ਿਲ੍ਹੇ ਦਾ ਭਰਾ ਨਵੀਂ ਤੇ ਨਾਲ ਸੋਨੀ ਵਲੀਓ ਕਾਕਾ ਕਬੂਤਰਾ ਵਾਲਾ ਕਹਿੰਦੇ ਹਰ ਇੱਕ ਛੱਡਾ ਇੱਕ ਸੱਤਾ ਆਵੇਗਾ, ਆਤਮਾ ਸਿੰਘ ਬਲਾਰ ਸਿੰਘ ਸਰਜੀਤ ਸਿੰਘ ਜੀ ਮਾਸਕਟ ਵੱਡਾ ਧੰਨਵਾਦ ਹੈ ਸਾਰੇ ਸਰਕਾਰ ਭਰਾਵਾਂ ਨੂੰ, ਮੈਂ ਵੀ ਸਿਰੇ ਕੈਰੀ ਹੁਣ ਚੱਕੀ ਹੈ ਕੰਮ, ਉਧਰ ਇੱਕ ਸਾਡਾ ਵੀਰ ਆ ਉਹਨੇ ਘਰ ਦੇ ਇਸ਼ਾਰਾ ਮਾਰ ਰਹੀਆਂ ਨੇ ਵੀ ਮਾਨ ਕਰ ਦਿਓ, ਮੈਂ ਵੀ ਭਾਈ ਇਸ਼ਾਰਾ ਤਾਂ ਧਿਆਨ ਨਾ ਮਾਰੀ ਕਿਸੇ ਦੇ ਵਿੱਚ ਨਾ ਬਾਜਰੀ ਜਾ ਕੇ ਕਿਤੇ ਉਹਨਾਂ ਨੇ ਤੇਰੀ ਛਾਲ ਮਰਾ ਦੇਣੀ ਹੈ, ਪਰ ਮਾਨ ਪਾਉਣ ਵੀ ਫੇਰ ਆਹ ਨਿੱਕਾ ਕਹਿੰਦੇ ਤਿਆਰ ਹੈ ਹੁੰਡਾ ਸੇਸਣ ਵਾਲਾ, ਤੇ ਉਧਰ ਪਰਮੀਰ ਕਹਿੰਦਾ ਪਾਏ ਵੀ ਜਿੱਤੇ ਹੈ, ਨਹੀਂ ਤੇ ਹੁਣ ਨੂੰ ਬੈਠ ਕੇ ਆ ਜਾਣਾ ਸੀ ਪਾਏ ਵੀ ਜਿੱਤੇ ਹੈ, ਨਾਲ ਸਾਹਮਣੇ ਮਾਨ ਪਾਉਣ ਵੀ ਫੇਰ ਆਹ ਬੱਲੇ ਬੱਲੇ ਬੱਲੇ, ਤੇ ਉਧਰ ਅਪੀਲ ਹੋਈ ਹੈ ਉਧਰ ਦੱਸ ਨੀ ਬਣਦਾ ਵਰਿੰਦਰ ਬਰਾੜ ਕੈਨੇਡਾ ਦੇ ਫਾਦਰ ਸਾਹਿਬ ਸਰਦਾਰ ਬੂਟਾ ਸਿੰਘ ਜੀ ਬਰਾੜ ਉਹਨਾਂ ਵੱਲੋਂ ਐਲਾਨ ਹੈ ਜੇ ਵੱਡੇ ਕੋਲੇ ਮੁੰਡੇ ਜਿੱਤਣਗੇ ਤੇ 2100 ਦੇ ਨਾਲ ਵੱਡੇ ਵਾੜ ਕੀਤੇ ਰਹਿਣਗੇ, ਚਾਰ ਓਵਰ ਸਮਾਪਤ ਨਹੀਂ ਕੀਤੇ ਸੀਰੇ ਜਾਤਵਤ ਉਹ ਤੋਂ ਮਾਈ ਦਾ ਸਨਮਾਨ ਆਪਾਂ ਕਰਨਾ ਕਰੀ ਜਿਹੜਾ ਭਰਾ ਖੇੜਾ ਲਾ ਰਿਹਾ ਹੈ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ, ਬਾਬੀ ਬੇਟ ਦਾ ਸਵਾਲ ਹੈ ਔਰ ਘਰ ਦਾ ਵੀ ਜਿਹੜਾ ਖਰਚਾ ਨਿਕਲ ਜਾਂਦਾ, ਔਰ ਸਹੀ ਗੱਲ ਹੈ ਇਹਨਾਂ ਮੇਲਿਆਂ ਤੋਂ ਆਪਾਂ ਕਈ ਵਾਰ ਕਹਿ ਤਾਂ ਦਿੰਦੇ ਕਾਕੇ ਇੱਕ ਗੱਲ ਕਹਿੰਦੇ ਹੁੰਦੇ ਜਦੋਂ ਗਰਾਹੀ ਵਾਲੇ ਜਾਂਦੇ ਆ ਉਹ ਕਹਿੰਦੇ ਆ ਵੀ ਗਰੀਬ ਕੁੜੀਆਂ ਦਾ ਵਿਆਹ ਕਰ ਦੋ ਟੂਰਨਾਮੈਂਟ ਦੇ ਕਿੱਥੇ ਪਿੱਛੇ ਪਏ ਆ, ਪਰ ਟੂਰਨਾਮੈਂਟ ਇਹ ਨੀ ਪਤਾ ਵੀ ਘਰ ਕਿੰਨੇ ਚੱਲਦੇ ਆ, ਪਲੇਅਰਾਂ ਦੇ ਬੁਲਾਰਿਆਂ ਦੇ ਲਾਈਵ ਵਾਲਿਆਂ ਦੇ ਤੇ ਜਿਹੜੇ ਰੇਹੜੀਆਂ ਲਾਉਂਦੇ ਆ ਗਏ ਉਹਨਾਂ ਦੇ ਤੇ ਜਿਹੜੇ ਕਰਤੱਬ ਕਰਦੇ ਉਹਨਾਂ ਦੇ, ਤੇ ਉਧਰ ਬਾਬੇ ਦਾ ਵੀ ਵੱਡਾ ਧੰਨਵਾਦ ਹੈ ਇਹ ਭਰਾ ਦਾ ਵੀ ਘਰ ਹੀ ਚੱਲਦਾ ਇਸ ਕਹਿਣ ਗਰਾਊਂਡਾਂ ਤੋਂ ਤੇ ਉਹਦੇ ਵੀ ਮਾਨ ਸਨਮਾਨ ਆਪਾਂ ਜ਼ਰੂਰ, ਅਗਲੇ ਸਾਲ ਇਸੇ ਟੂਰਨਾਮੈਂਟ ਦੇ ਭਰਤੇ ਬੰਦੇ ਜੀਵਨ ਦਾ, ਕਾਕਾ ਚੀਨੇ ਵਾਲਾ ਕਹਿੰਦਾ ਵੀ 3100 ਤੋਂ ਸਨਮਾਨ ਹੋਵੇਗਾ ਵੀ ਜੀਵਨ ਤੇਰੇ ਲਈ ਵੱਡੇ ਮਾਲ ਹੋਣ, ਅਗਲੇ ਸਾਲ ਭਰਤੇ ਵਾਲੇ ਆ ਤੇ ਚੀਨੇ ਦੇ ਟੂਰਨਾਮੈਂਟ ਦੇ ਵੀ ਜ਼ਰੂਰ ਆਉਣਾ ਹੈ, 3100 ਦੇ ਵਿੱਚ ਹੀ ਵੱਡੇ ਮਾਲ ਕਰਾਂਗੇ ਜ਼ਰੂਰ ਪਹੁੰਚੀ ਮੇਰਾ ਵੀਰ, ਲਓ ਸਾਹਮਣੇ ਪੈ ਗਈ ਬਾਲ ਤੇ ਗੱਗੂ ਜੀ ਕਹਿੰਦੇ ਟਰਾਈ ਤੇ ਅਨਮੋਲ ਵਾਲਾ ਭਾ ਰਿਹਾ ਹੈ, ਅਨਮੋਲ ਵਾਲਾ ਭਾ ਰਿਹਾ ਜੇ ਅਨਮੋਲ ਹੈਟ੍ਰਿਕ ਲਾਵੇਗਾ ਤੇ ਪਰਮ ਕਹਿੰਦਾ ਵਾਸ਼ਿੰਗ ਮਸ਼ੀਨ ਜਿਹੜੇ ਮਾਜੀ ਟੂਰਨਾਮੈਂਟ ਦੇ ਕਹਿੰਦੇ ਉਹ ਤੇ ਦੇ ਦਿਆਂਗੇ, ਔਰ ਸਾਹਮਣੇ ਬਾਲ ਅਗਲੇ ਸਾਲ ਸੁੱਖਾ ਵਾਸੀ ਦੇ ਪ੍ਰਿੰਸ ਵਾਸੀ ਇਹਨਾਂ ਵੱਲੋਂ ਦੂਜਾ ਪ੍ਰਾਈਜ਼ ਜਿਹੜਾ 31000 ਦਾ ਦਿੱਤਾ ਜਾਣਾ ਹੈ, ਔਰ ਵਾਸੀ ਭਰਾਵਾਂ ਦਾ ਵੱਡਾ ਧੰਨਵਾਦ ਹੈ, ਨਾਲ ਹੀ ਪਹਿਲਾ ਪ੍ਰਾਈਜ਼ ਨਿੱਕੇ ਸੇਵੀਆਂ ਵੱਲੋਂ 51000 ਜਿਹੜਾ ਦਿੱਤਾ ਜਾਵੇਗਾ, ਨਿੱਕੇ ਦਾ ਵੀ ਧੰਨਵਾਦ, ਉੱਧਰ ਸਾਡੇ ਵੀਰ ਨੇ ਇਸ਼ਾਰਾ ਲਾਈਏ ਦਾ ਮਾਨ ਸਨਮਾਨ ਕਰ ਦਿਓ, ਮੈਂ ਵੀ ਗੱਭਰੂ ਲਾਲਾ ਕਿਹੜਾ, ਪਰ ਉੱਧਰ ਸਾਹਮਣੇ ਆਹ ਭੋਲਾ ਬਾਲ ਭਾ ਰਿਹਾ ਹੈ ਕਹਿੰਦੇ ਸੇਸਣ ਪਿੰਡ ਦਾ ਖੇਡ ਦੇ ਮੈਦਾਨ ਵਿੱਚ, ਆਹ ਗੱਗੂ ਸਾਹਮਣੇ ਹੈ ਪੈਂਦੀ ਹੋਈ ਬਾਲ, ਉਹ ਭੱਲੇ 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 ਕੋਟੀ ਵਗੈਰਾ ਕੁਝ ਵੀ ਚਾਹੀਦਾ ਜ਼ਰੂਰ ਬਾਈਆਂ ਨੂੰ ਸੰਪਰਕ ਕਰਨਾ, 27 ਤੋਂ 31 ਤਰੀਕ ਹੈ ਟੂਰਨਾਮੈਂਟ ਦੀ ਮੇਰੇ ਵੀਰ, 27 ਤੋਂ 31 ਜਿਹੜੀ ਤਰੀਕ ਉਹ ਚੀਵੇ ਦੀ ਆਪਣੀ ਹੈ ਜੀ, ਅਗਲੇ ਸਾਲ ਅਸੀਂ ਟੂਰਨਾਮੈਂਟ ਦੇ ਗੱਗੂ ਦਾ ਸਨਮਾਨ ਜਿੱਡਾ ਵੱਡਾ ਵੀ ਕੱਪ ਗੱਗੂ ਕਰੇਗਾ, ਵੱਡੇ ਵੱਡੇ ਕੱਪ ਦਾ ਸਨਮਾਨ ਜਿਹੜਾ
ਉਹ ਕੀਤਾ ਜਾਵੇਗਾ ਗੱਗੂ ਜੰਗ ਮੈਂ ਉਸ ਸਾਹਮਣੇ ਵੇਖਿਆ ਜੇ ਅਨਮੋਲ ਦੀ ਬਾਲ ਤੇ ਕਹਿੰਦੇ ਗੱਗੂ ਵੱਡੇ ਘਰ ਵਾਲਾ ਮੇਰੇ ਵੀਰ ਵੱਡੇ ਘਰ ਵਾਲਾ ਗੱਗੂ ਦੇ ਬਾਲ ਫੇਰ ਵਾਈਡ ਹੈ ਬਾਲ ਫੇਰ ਵਾਈਡ ਹੋ ਗਈ ਹੈ ਵਾਧੂ ਰਨ ਫੇਰ ਜਿਹੜਾ ਵੱਡੇ ਘਰ ਦੀ ਟੀਮ ਦੇ ਲਈ ਜੁੜ ਗਿਆ ਹੈ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਤੇ ਦਰਸ਼ਕ ਵੀ ਜੁੜੇ ਹੋਏ ਹੈ ਮੇਲਾ ਵੀ ਵੱਡਾ ਹੈ ਸਾਡੇ ਵੀਰਾਂ ਦਾ ਤੇ ਅਗਲੇ ਸਾਲ ਵੀ ਵੱਡੇ ਐਲਾਨ ਹੋ ਗਏ ਹੈ 51,000 31,000 ਤੇ 11,000 ਤੇ 2 ਮੋਟਰਸਾਈਕਲ ਜਿਹੜੇ ਦਿੱਤੇ ਜਾਣੇ ਹੈ ਇੱਕ ਕਹਿੰਦੇ ਨੰਦੀ ਲਈ ਤੇ ਇੱਕ ਮੈਰਾ ਦੀ ਸੀਰੀ ਦੇ ਲਈ ਉਹ ਸਾਹਮਣੇ ਪੈ ਦਿਖੇ ਬਾਲ ਤੇ ਰਾਜੇ ਦਾ ਸਿਗਨਲ ਮੈਂ ਵੀ ਕਾਕੇ ਕਰੀ ਗੱਲ ਪ੍ਰਬੰਧ ਵੀ ਕੀਤੇ ਗਏ ਔਰ ਦਰਸ਼ਕਾਂ ਦੀ ਖਾਤਰ ਲੱਕੀ ਡਰਾ ਮੇਰੇ ਵੀਰ ਸਾਹਮਣੇ ਪੈ ਗਈ ਬਾਲ ਖੇਡ ਦੇ ਮੈਦਾਨ ਵਿੱਚ ਤੇ ਮੈਚ ਸਮਾਪਤੀ ਦੇ ਵੱਲ ਸਿਰੇ ਕਰ ਵੀ ਗੱਲ ਮੈਚ ਸਮਾਪਤੀ ਦੇ ਵੱਲ ਵਾਧਾ ਜਾ ਰਿਹਾ ਹੈ ਤੇ ਮੈਦਾਨ ਸਾਰੇ ਸਿਰੇ ਦੇ ਖੇਡੇ ਗਏ ਹੈ ਉਧਰ ਅਗਲੇ ਸਾਲ ਨਿੱਕਾ ਆਸਟ੍ਰੇਲੀਆ ਉਹਦੇ ਵੱਲੋਂ 51,000 ਪਹਿਲਾਂ ਬਣਾਈਦਾ ਹੈ ਸੁੱਖਾ ਵਾਸੀ ਤੇ ਨਾਲ ਪ੍ਰਿੰਸ ਵਾਸੀ ਇਹਨਾਂ ਵੱਲੋਂ 31,000 ਦਿੱਤਾ ਜਾਵੇਗਾ ਦੂਜਾ ਪ੍ਰਾਈਡ ਅਗਲੇ ਸਾਲ ਵੱਡਾ ਮੇਲਾ ਹੋਵੇਗਾ ਤੇ ਉਹ ਦੇਖਾਂਗੇ ਸਾਹਮਣੇ ਪੈਂਦੀ ਹੋਈ ਬਾਲ ਤੇ ਇੱਕ ਰਨ ਜਿਹੜਾ ਹੋਰ ਮੈਂ ਵੀ ਕਾਕੇ ਕਰੀ ਗੱਲ ਉਧਰ ਸਮਾਪਤ ਹੋ ਗਿਆ ਉਧਰ ਜਿਹੜਾ ਅਗਲੇ ਸਾਲ ਮੈਨਾ ਦੀ ਸੀ ਨੂੰ ਮੋਟਰਸਾਈਕਲ ਦਿੱਤਾ ਜਾਣਾ ਉਹ ਪਰਮੀਰ ਸਰਾਸ ਸੋਨੀ ਦੇ ਨਾਲ ਵਿੱਕੀ ਵੱਲੋਂ ਦਿੱਤਾ ਜਾਵੇਗਾ ਕਿ ਜ਼ੋਰਦਾਰ ਤਾੜੀਆਂ ਵਾਸਤੇ ਪਰਮੀਰ ਨਾਲ ਸੋਨੀ ਹੈ ਤੇ ਨਾਲ ਵਿੱਕੀ ਸਾਡਾ ਵੀਰ ਹੈ ਇਹਨਾਂ ਵੱਲੋਂ ਮੈਨਾ ਦੀ ਸੀ ਨੂੰ ਅਗਲੇ ਸਾਲ ਜਿਹੜਾ ਮੋਟਰਸਾਈਕਲ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਭਰਾ ਸਾਡੇ ਦਾਨੀ ਸੱਜਣ ਹੈ ਉਹ ਰਾਜੂ ਓਵਰ ਕਰਦੇ ਨੇ ਖੇਡ ਦੇ ਮੈਦਾਨ ਵਿੱਚ ਤਿਆਰ ਹੈ ਤੇ ਕਿੰਨੇ ਬਣ ਗਏ ਲੈਵਲ ਕਿੰਨੇ ਰਹਿ ਗਏ 47 42 ਸਾਹਮਣੇ ਮੇਰੇ ਵੀਰ ਮੈਚ ਸਮਾਪਤੀ ਦੇ ਵੱਲ ਹੈ ਤੇ ਸੋਸਰ ਦੀ ਟੀਮ ਕਹਿੰਦੇ ਮੈਚ ਦੇ ਉੱਪਰ ਪੂਰੀ ਤਰ੍ਹਾਂ ਪਕੜ ਬਣਾਈ ਬੈਠੀ ਹੈ ਤੇ ਸਾਹਮਣੇ ਕਹਿੰਦੇ ਤਿਆਰ ਹੈ ਲਾਡੀ ਤੇ ਬਾਜੇ ਬਲੀ ਅਗਲੇ ਸਾਲ ਸਮਾਨ ਜਿਹੜਾ ਕੱਪ ਦੇ ਨਾਲ ਉਹ ਭੱਲੇ 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 ਉਹ ਭੱਲੇ ਗੱਗੂ ਨਹੀਂ ਉਹ ਰਿਸਾ ਹੈ ਉਹ ਭੱਲੇ ਬਣਿਆ ਰਾਂਝੇ ਦੇ ਛੇ ਛੋਟ ਦੇ ਤਿੰਨ ਮੇਰੇ ਵੀਰ ਉਧਰ ਨਿੱਕੇ ਦੇ ਵੱਡੇ ਬ੍ਰਦਰ ਨੀਲਾ ਆਸਟ੍ਰੇਲੀਆ ਤੇ ਗੁਰਜੰਤ ਬਰਾੜ ਸਾਡੇ ਵੀਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਟੂਰਨਾਮੈਂਟ ਲਈ ਸਾਡਾ ਬੜਾ ਸਾਥ ਦਿੱਤਾ ਨਿੱਕੇ ਦਾ ਵੱਡਾ ਵੀਰ ਨੀਲਾ ਆਸਟ੍ਰੇਲੀਆ ਤੇ ਨਾਲ ਗੁਰਜੰਤ ਬਰਾੜ ਸਾਡੇ ਬਹੁਤ ਸਤਿਕਾਰਯੋਗ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਰਾਜੂ ਬਾਲਾ ਮਾਰਿਆ ਤੇ ਗੱਗੂ ਸਭ ਰਿਹਾ ਖੇਡ ਦੇ ਦੌਰਾਨ ਵਿੱਚ ਫਾਈਨਲ ਮੈਚ ਸਮਾਪਤੀ ਵੱਲ ਹੈ ਤੇ ਸ਼ਾਮਾਂ ਜਿਹੜੀਆਂ ਢਲ ਚੁੱਕੀ ਹੈ ਤੇ ਲੋਕ ਵੀ ਜੁੜੇ ਹੋਏ ਹੈ ਵੀ ਸ਼ਾਮਾਂ ਢਾਲੇ ਨੂੰ ਆਈਆਂ ਕਿਹਨੂੰ ਮਿਲਣੀਆਂ ਵਧਾਈਆਂ ਕਹਿੰਦੇ ਟੀਮਾਂ ਦੇ ਪਲੇਅਰ ਆਪਾਂ ਲਾਉਣੀ ਨੀ ਉਹ ਦੇਰ ਜਿਹਨੇ ਜਿੱਤਾਂ ਵਾਲੇ ਝੰਡੇ ਹੁਣ ਗੱਡ ਮਿੱਤਰੋ ਲੋਕੀ ਕੰਮ ਧੰਦਾ ਰਹਿੰਦੇ ਸਾਰਾ ਛੱਡ ਇੱਧਰ ਉੱਧਰ ਲਸ਼ਮਣ ਸਿੰਘ ਦੀ ਗਿੱਲ ਜੋਤੀ ਦੇ ਫਾਦਰ ਸਾਹਿਬ ਮਾਸਟਰ ਲਸ਼ਮਣ ਸਿੰਘ ਦੀ ਗਿੱਲ ਸਾਹਿਬ ਜੋਤੀ ਦੇ ਫਾਦਰ ਸਾਹਿਬ ਜਿਹੜੇ ਜੋਤੀ ਤੌਰ ਤੇ ਵੱਡੇ ਔਰ ਵੱਡੇ ਜਿਹੜੇ ਨਾਲ ਉਹ ਪੁੱਜਦੇ ਕੀਤੇ ਆ ਔਰ ਵੱਡਾ ਜਿਹੜਾ ਧੰਨਵਾਦ ਸਤਿਕਾਰ ਹੀ ਹੋ ਗਿਆ ਔਰ ਪਿਆਰ ਹੈਗੇ ਨੇ ਅੱਜ ਸਾਲ ਵੱਡਾ ਮੇਲਾ ਹੁੰਦਾ ਚੀਮਿਆਂ ਦੇ ਵਿੱਚ ਤੇ ਵੱਡੀ ਦੇਣ ਹੁੰਦੀ ਹੈ ਮੇਰੇ ਵੀਰ ਜੋਤੀ ਸਿੰਘ ਦਾ ਭਲਾ ਉਧਰ ਸੋਨੀ ਦੇ ਫਾਦਰ ਸਰਦਾਰ ਦੇਵ ਸਿੰਘ ਜੀ ਬਰਾੜ ਉਹ ਵੀ ਸਟੇਜ ਤੇ ਬੈਠੇ ਆ ਮੈਚਾਂ ਦਾ ਆਨੰਦ ਮਾਣਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਨਾਲ ਹੀ ਸਾਡਾ ਬਾਈ ਗੁਰਦੀਪ ਘਾਟ ਜਿਹੜੀ ਰੜਕ ਰਹੀ ਸੁੱਖਾ ਵਾਸੀ ਕਹਿੰਦਾ ਵੀ ਬਹੁਤ ਵੱਡੀ ਘਾਟ ਜਿਹੜੀ ਰੜਕ ਰਹੀ ਹੈ ਅਗਲੇ ਸਾਲ ਨੂੰ ਵੀ ਆਪਾਂ ਇੱਥੇ ਲੈ ਕੇ ਆਉਣਾ ਇਸ ਸਾਲ ਬਿਮਾਰ ਹੈ ਸਾਡਾ ਵੀਰ ਤੇ ਅਗਲੇ ਸਾਲ ਨੂੰ ਮਾਤਾ ਮਿਹਰ ਕਰੇ ਜਲਦੀ ਠੀਕ ਹੋਵੇ ਤੇ ਉਧਰ ਮੈਚ ਸਮਾਪਤ ਧੀਰੇ ਧੀਰੇ ਬੋਲਾਂ ਵਧੀਆ ਲੱਗਿਆ ਕਮੇਟੀ ਨੇ ਤਾੜੀ ਮਾਰ ਦੇ ਤਾੜੀ।